ਤਜਰਬਾ ਲਗਾਏ ਗਏ ਉਹ ਸਾਰਿਆਂ ਦਾ ਜਿਹੜਾ ਐਗਰੀਮੈਂਟ ਸੀ ਉਹ ਸੈਂਟਰ ਦੇ ਦੁਆਰਾ ਬਣਾਇਆ ਗਿਆ ਐਗਰੀਮੈਂਟ ਸੀ ਸੈਂਟਰ ਦੀ ਸਰਕਾਰ ਨੇ ਐਗਰੀਮੈਂਟ ਬਣਾਇਆ ਤੇ ਉਹ ਐਗਰੀਮੈਂਟ ਸਾਡੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਲਾਗੂ ਕੀਤਾ ਇਹ ਸਾਰੀਆਂ ਗੱਲਾਂ ਤੁਹਾਨੂੰ ਅੱਜ ਤਾਂ ਦੱਸ ਰਹੇ ਹਾਂ ਵੀ ਤੁਸੀਂ ਵਿਹੜਿਆਂ ਸੱਥਾਂ 'ਚ ਜਾ ਕੇ ਇਹ ਗੱਲਾਂ ਕਰੋ ਤੇ ਪਹੁੰਚਾਓ ਲੋਕਾਂ ਤੱਕ ਵੀ ਕੀ ਗੱਦਾਰੀ ਕੀਤੀ ਹੈ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਸ ਇਲਾਕੇ ਦੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਡਿਵੈਲਪਮੈਂਟ ਦੇ ਕੰਮ ਹੋਇਆ ਪਾਣੀ ਦਾ ਕੰਮ ਹੋਇਆ ਆਰ ਓ ਦੇ ਵਰਕ ਲੱਗੇ ਨੇ ਅੱਜ ਸੁਖਬੀਰ ਜੀ ਮੈਂ ਦੱਸਣਾ ਚਾਹੂੰਗਾ ਪਿੰਡਾਂ ਦੇ ਆਰ ਓ ਬੰਦ ਹੋ ਗਏ ਨੇ ਜਿੱਥੇ ਦੋ ਸੀ ਉੱਥੇ ਇੱਕ ਰਹਿ ਗਿਆ ਜਿੱਥੇ ਇੱਕ ਸੀ ਉਹ ਵੀ ਬੰਦ ਹੋ ਗਿਆ ਬੜੀ ਮਾੜੀ ਸਥਿਤੀ ਦੇ ਵਿੱਚ ਪੰਜਾਬ ਦੀ ਹਾਲਤ ਹੈ ਆਪਾਂ ਸਾਰੇ ਜਾਣਦੇ ਹਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਤੋਂ ਵੀ ਮੁੱਕਰੀ ਹੈ ਸਰਕਾਰ ਝੂਠੇ ਕੈਂਪ ਲਾਏ ਉਹ ਜਿਹੜੇ ਕੈਂਪ ਸੀ ਉਹਨਾਂ ਦੇ ਵਿੱਚ ਪੰਜ ਹਜ਼ਾਰ ਰੁਪਏ 3500 ਰੁਪਏ ਦੀ ਨੌਕਰੀ ਆਫਰ ਕਰਦੇ ਨੇ ਉਹ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਔਰ 5 ਸਾਲ ਮੇਰੇ ਨੌਜਵਾਨਾਂ ਦੇ ਖਾ ਗਈ ਇਹ ਸਰਕਾਰ ਇਹ ਸਾਰੀਆਂ ਗੱਲਾਂ ਜਾ ਕੇ ਪਹੁੰਚਾਓ ਸੁਨੇਹਾ ਦਿਓ ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਇਸ ਇਲਾਕੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਾਣੀ ਦੀ ਸਮੱਸਿਆ ਜਿਹੜਾ ਇਰੀਗੇਸ਼ਨ ਦਾ ਪਾਣੀ ਸਾਡੀ ਸਰਕਾਰ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਨਹਿਰਾਂ ਲਿਆਂਦੀਆਂ ਖਾਲ ਲਿਆਂਦੇ ਟੇਲਾਂ ਤੱਕ ਪਾਣੀ ਪਹੁੰਚਾਇਆ ਉਹ ਪਾਣੀ ਅਸੀਂ ਵਾਟਰ ਵਰਕਸ ਸਾਫ਼ ਕਰਕੇ ਪੀਂਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਉਹ ਪਾਣੀ ਪਹੁੰਚਦਾ ਉਹ ਪਾਣੀ ਨੂੰ ਗੰਦਾ ਕੀਤਾ ਜਾ ਰਿਹਾ ਔਰ ਫੈਕਟਰੀਆਂ ਦਾ ਜਿਹੜਾ ਗੰਦ ਹੈ ਉਹ ਪਾਣੀ ਦੇ ਵਿੱਚ ਆ ਕੇ ਮੇਰੇ ਇਲਾਕੇ ਦੇ ਵਿੱਚ ਨੁਕਸਾਨ ਹੋ ਰਿਹਾ ਇਸੇ ਗੱਲ ਨਾਲ ਬਿਮਾਰੀ ਫੈਲਦੀ ਹੈ ਔਰ ਬੁਰੀ ਹਾਲਤ ਹੁੰਦੀ ਹੈ ਇਹ ਤਾਂ ਬੀਬਾ ਹਰਸਿਮਰਤ ਬਾਦਲ ਦੇ ਸਦਕੇ ਸੀ ਜਿਨ੍ਹਾਂ ਨੇ ਏਮਸ ਹਸਪਤਾਲ ਲਿਆਂਦਾ ਇੱਥੇ ਬੜੀ ਵੱਡੀ ਦੇਣ ਇਸ ਇਲਾਕੇ ਨੂੰ ਆਪਾਂ ਨੂੰ ਦਿੱਤੀ ਹੈ ਵੀਰੋ ਮੈਂ ਦੱਸਣਾ ਚਾਹੂੰਗਾ 27 ਏਮਸ ਹਸਪਤਾਲ ਬਣੇ ਨੇ ਪੂਰੇ ਇੰਡੀਆ 'ਚ 27 ਦੇ ਵਿੱਚੋਂ ਇਕੱਲਾ ਇੱਕੋ ਹੀ ਚਾਲੂ ਹੋਇਆ ਉਹ ਬਠਿੰਡੇ ਦਾ ਹਸਪਤਾਲ ਹੈ ਇਹ ਤਾਂਹੀਓ ਸੀ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਹਿਰਾ ਦਿੱਤਾ ਸੈਂਟਰ ਦੇ ਵਿੱਚ ਜਾ ਕੇ ਔਰ ਹੈਲਥ ਮਿਨਿਸਟਰ ਨਾਲ ਮੀਟਿੰਗਾਂ ਕਰਕੇ ਤੇ ਪਹੁੰਚੇ ਬੜਾ ਅਹਿਮ ਹੈ ਇਹ ਸਾਰੀਆਂ ਗੱਲਾਂ ਇਸ ਸੁੱਖ ਸੁਵਿਧਾਵਾਂ ਤਾਂਹੀਓ ਨੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਬੀਬਾ ਹਰਸਿਮਰਤ ਕੌਰ ਬਾਦਲ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੁਹਾਡੇ ਬਾਰੇ ਸੋਚਦੇ ਨੇ ਆਪਾਂ ਨੂੰ ਬੜੀ ਲੋੜ ਹੈ ਔਰ ਇਸ ਵਕਤ ਇਕੱਠੇ ਹੋਣ ਦੀ ਲੋੜ ਹੈ ਜਿਹੜੀਆਂ ਇਹ ਮਾੜੀਆਂ ਨੀਤੀਆਂ ਨੇ ਕਾਂਗਰਸ ਪਾਰਟੀ ਦੀਆਂ ਇਹਨਾਂ ਨੂੰ ਪਹੁੰਚਾਈਏ ਲੋਕਾਂ 'ਚ ਦੱਸੀਏ ਔਰ ਇਕੱਠੇ ਹੋ ਕੇ ਮਜ਼ਬੂਤ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਆਉਣ ਵਾਲਾ ਸਮਾਂ ਬਹੁਤ ਚੰਗਾ ਸਮਾਂ ਔਰ ਅੱਜ ਵਾਅਦਾ ਕਰਕੇ ਜਾਈਏ ਵੀ ਨੀਂਹ ਧਰ ਕੇ ਜਾਵਾਂਗੇ ਸ਼੍ਰੋਮਣੀ ਅਕਾਲੀ ਸਰਕਾਰ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਮਿਤ ਰਤਨ ਜੀ ਦਾ ਮੈਂ ਬੇਨਤੀ ਕਰੂੰਗਾ ਅਗਲੇ ਬੁਲਾਰੇ ਸਰਦਾਰ ਦਰਸ਼ਨ ਸਿੰਘ ਜੀ ਕੋਟਪੱਤਾ ਸਾਹਿਬ ਸਾਬਕਾ ਐਮ ਐਲ ਏ ਸਾਹਿਬ ਨੂੰ ਉਹ ਆਪਣੀ ਫਤਿਹ ਬੁਲਾਉਣਗੇ 2 ਮਿੰਟ ਲਈ ਹਾਜ਼ਰੀ ਲਵਾਉਣਗੇ ਸੋ ਮੈਂ ਮਾਫ਼ੀ ਚਾਹੂੰਗਾ ਗੁਰਪ੍ਰੀਤ ਸਿੰਘ ਜੀ ਮਲੂਕਾ ਸਾਹਿਬ ਅਤੇ ਬਾਕੀ ਹੋਰ ਜਿੰਨੇ ਸਾਥੀ ਸੀਨੀਅਰ ਜਿਨ੍ਹਾਂ ਦੇ ਨਾਂ ਲੈਣ ਤੋਂ ਰਹਿ ਗਏ ਉਹਨਾਂ ਤੋਂ ਪਹਿਲਾਂ ਹੀ ਮਾਫ਼ੀ ਮੰਗ ਲਾਂਗੇ ਸਰਦਾਰ ਦਰਸ਼ਨ ਸਿੰਘ ਜੀ ਕੋਟਪੱਤਾ ਸਾਹਿਬ ਰੋਸ ਰੈਲੀ ਦੀ ਰਹਿਨੁਮਾਈ ਕਰ ਰਹੇ ਪਰਮ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਬਿਰਾਜਮਾਨ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ ਸਾਬਕਾ ਮੰਤਰੀ ਪੰਜਾਬ ਸਰਕਾਰ ਸਰਦਾਰ ਜਨਮੇਜਾ ਸਿੰਘ ਜੀ ਸੇਖੋਂ ਸਾਹਿਬ ਸਾਬਕਾ ਮੰਤਰੀ ਪੰਜਾਬ ਸਰਕਾਰ ਸ਼੍ਰੀ ਸਰੂਪ ਸੰਗਲੇ ਸਿੰਗਲਾ ਜੀ ਸਾਬਕਾ CPS ਅਮਿਤ ਰਤਨ ਔਰ ਸਾਰੀ ਸਤਿਕਾਰਯੋਗ ਜਥੇਬੰਦੀ ਜਿਹੜੀ ਪੰਡਾਲ 'ਚ ਬੈਠੀ ਹੈ ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਬਹੁਤਾ ਸਮਾਂ ਨਾ 2 ਮਿੰਟਾਂ 'ਚ ਗੱਲ ਮੁਕਾਵਾਂ ਜਿਹੜਾ ਪਰਸੋਂ ਬਜਟ ਪੇਸ਼ ਕੀਤਾ ਹੈ ਮਨਪ੍ਰੀਤ ਜੀ ਨੇ ਉਹਦੀ ਮੈਂ ਪੁਰਜ਼ੋਰ ਨਿੰਦਿਆ ਕਰਦਾ ਔਰ ਉਹਦੀ ਜਿਹੜੀ ਵਿਰੋਧ ਕਰਦਾ ਕਿਉਂਕਿ ਉਹ ਬਜਟ ਕਿਸਾਨ ਮਾਰੂ ਗਰੀਬ ਮਾਰੂ ਪੰਜਾਬ ਦੇ ਲੋਕਾਂ ਦੇ ਵਿਰੋਧ ਦਾ ਜਿਹੜਾ ਇਹਨਾਂ ਨੇ ਬਜਟ ਪੇਸ਼ ਕੀਤਾ ਉਸ ਤੋਂ ਅਗਲੀ ਜਿਹੜੀ ਮੈਂ ਗੱਲ ਕਰਾਂ ਜਿਹੜੀ ਇਸ ਵਾਰੀ ਦੇ ਪੰਜਾਬ ਸਰਕਾਰ ਦਾ ਇੱਕ ਕੈਲੰਡਰ ਆਇਆ ਹੈ ਉਹਦੇ 'ਤੇ ਸਰਦਾਰ ਅਮਰਿੰਦਰ ਸਿੰਘ ਜੀ ਨੇ ਆਪਣੇ ਸਿਰ 'ਤੇ ਗੁਰੂ ਗ੍ਰੰਥ ਸਾਹਿਬ ਚੱਕਿਆ ਹੋਇਆ ਉਹਦੀ ਵੀ ਮੈਂ ਵਿਰੋਧਤਾ ਕਰਦਾ ਕਿਉਂਕਿ ਸਾਡੇ ਸਿੱਖ ਧਰਮ 'ਚ
ਜਿਹੜੇ ਕੋਈ ਬੱਜਰ ਗਲਤੀਆਂ ਕਰਦੇ ਆ, ਬੱਜਰ ਕੁਰੈਤਾਂ ਕਰਦੇ ਆ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਨਹੀਂ ਮਿਲ ਸਕਦੀ। ਆਪਾਂ ਸਾਰੇ ਜਾਣਦੇ ਹਾਂ ਕਿ ਉਹਦੀ ਬੱਜਰ ਕੁਰੈਤ ਬੱਚੇ ਬੱਚੇ ਤੱਕ ਦੁਨੀਆਂ 'ਚ ਔਰ ਉਹਦੇ ਪਰਿਵਾਰ 'ਚ ਪਹੁੰਚੀ ਹੋਈ ਹੈ। ਯਾਰ ਉਹ ਔਰਤ ਬਗਾਨੇ ਦੇਸ਼ ਦੀ ਜਿਹੜੀ ਹਰੇਕ ਭੇਦ ਅੱਜ ਇੱਥੇ ਰਹਿ ਕੇ ਲਈ ਜਾਂਦੀ ਹੈ, ਔਰ ਉਹ ਜਦੋਂ ਇਹ ਸਰਕਾਰ ਨੂੰ ਤੋੜ ਦੇਣਾ, ਉਹ ਸਾਰੇ ਭੇਦ ਉੱਥੇ ਪਾਕਿਸਤਾਨ ਪਹੁੰਚ ਜਾਣੇ ਆ। ਅਗਲੀ ਜਿਹੜੀ ਮੈਂ ਗੱਲ ਕਰਾਂ, ਜਿਹੜਾ ਇਹਨੇ ਆਪਾਂ ਨੂੰ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ, ਉਹਦੇ 'ਚ ਆ ਬਾਕੀ ਸਾਰਾ ਆਪਾਂ ਮੰਨ ਲਿਆ, ਪਰ ਜੋ ਆਪਣੇ ਪਿੰਡਾਂ ਦੇ ਲੋਕਾਂ ਦਾ ਇੱਕ ਪ੍ਰਪਾ, ਇੱਕ ਸਹਿਯੋਗ, ਇੱਕ ਅਪਣੱਤ ਜਿਹੜਾ ਆੜ੍ਹਤੀਆਂ ਨਾਲ ਬਣਿਆ ਹੋਇਆ ਸੀ, ਜਿਹੜਾ ਬੈਂਕਾਂ 'ਚ ਸਾਡਾ ਇੱਕ ਪਲ ਬਣੀ ਹੋਈ ਸੀ ਕਿ ਇਹ ਬੜੇ ਚੰਗੇ ਲੋਕ ਨੇ ਔਰ ਜਿਹੜਾ ਕਰਜ਼ਾ ਲੈਂਦੇ ਆ ਉਹ ਵਾਪਸ ਕਰਦੇ ਆ, ਉਹਦੇ 'ਚ ਸਾਨੂੰ ਵੱਡੀ ਮਾਰ ਪੈ ਗਈ। ਸਾਡੇ ਆੜ੍ਹਤੀਆਂ ਨੂੰ, ਲੋਕਾਂ 'ਤੇ, ਕਿਸਾਨਾਂ 'ਤੇ ਯਕੀਨ ਅਟ ਗਿਆ, ਔਰ ਬੈਂਕਾਂ ਨੇ ਜਿਹੜੇ ਕਿਸਾਨ ਕੋਈ ਕਰਜ਼ੇ ਲਈ ਜਾਂਦੇ ਆ ਉਹਨਾਂ ਨੂੰ ਕੋਈ ਕਰਜ਼ਾ ਨਹੀਂ ਦਿੰਦੇ। ਇਹ ਬਹੁਤ ਵੱਡੀ ਮਾਰ ਪਈ ਹੈ ਜਿਹੜਾ ਇਹਨੇ ਇਸ ਗਿਲਪੱਤੀ ਦੀ ਧਰਤੀ 'ਤੇ ਖੜ੍ਹੇ ਹੋ ਕੇ ਆਪਣੇ ਨਾਲ ਵਾਅਦਾ ਕੀਤਾ ਸੀ। ਉਸ ਤੋਂ ਅਗਲੀ ਗੱਲ ਮੈਂ ਤੁਹਾਨੂੰ ਬੜੀ ਪਤੇ ਦੀ ਗੱਲ ਕਹਿਣ ਲੱਗਿਆ, ਉਹ ਇਹ ਕਿ ਇਹਨੇ ਆਪਦੇ ਸਾਰੇ ਮਿਨਿਸਟਰਾਂ ਨੂੰ ਔਰ ਸਾਰੇ MLA ਨੂੰ ਬੁਲਾ ਕੇ ਕਹਿਤਾ ਕਿ ਸਾਰੇ ਚੁੱਪ ਕਰਕੇ ਬਹਿ ਜਾਓ ਔਰ ਮੈਂ ਸਿਰਫ 6 ਅੱਖਰ ਲਿਖਣੇ ਆ, 6 ਅੱਖਰ, ਕਿ ਮੈਂ ਸਰਕਾਰ ਭੰਗ ਕਰਦਾ ਹਾਂ ਤੇ ਮੈਂ ਅਸਤੀਫਾ ਦਿੰਦਾ ਹਾਂ ਤੇ ਤੁਸੀਂ ਸਾਰਿਆਂ ਨੂੰ ਘਰੋ ਘਰੀ ਤੋਰ ਦੂੰ। ਸੋ ਇਹਦਾ ਇਹ ਪਤਾ ਨਹੀਂ ਕਿ ਇਹ ਕਦੋਂ ਇਹ ਕਾਰਾ ਕਰਦੇ ਤੇ ਤੁਸੀਂ ਸਾਰੇ ਜਣੇ ਤਿਆਰ ਹੋ ਕੇ ਇਸ ਮੁਹਿੰਮ ਵਾਸਤੇ ਅੱਜ ਤੁਸੀਂ ਜਾਇਓ। ਸਰਦਾਰ ਸੁਖਬੀਰ ਸਿੰਘ ਜੀ ਨੇ ਆਪਾਂ ਨੂੰ ਇਹੀ ਸੁਨੇਹਾ ਦੇਣਾ ਤੇ ਆਪਣੇ ਪੰਜਾਬ 'ਚ ਕਦੋਂ ਵੀ ਇਲੈਕਸ਼ਨਾਂ ਆ ਰਹੀਆਂ ਆ ਸਕਦੀਆਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਦਰਸ਼ਨ ਸਿੰਘ ਜੀ ਕੋਟਫਤਾ ਸਾਹਿਬ ਦਾ। ਮੈਂ ਬੇਨਤੀ ਕਰਦਿਆਂ ਕਿ ਚਾਹ ਪਾਣੀ ਦਾ ਲੰਗਰ ਛੱਕ ਕੇ ਖੱਬੇ ਸੱਜੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਕਿਰਪਾ ਕਰਕੇ ਬੈਠਣ ਦਾ ਖੇਚਲ ਕਰਿਓ, ਕਿਉਂਕਿ ਪ੍ਰਬੰਧਾਂ ਦੀ ਘਾਟ ਕਾਰਨ ਜਦੋਂ ਵੀ ਮੈਂ ਪੁਲਿਸ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਸੱਜੇ ਪਾਸੇ ਵਾਲਾ ਰਸਤਾ ਖੋਲ੍ਹ ਦਿਓ ਤਾਂ ਕਿ ਬੱਸਾਂ 'ਤੇ ਵੀ ਜਿਹੜੇ ਆ ਲੋਕ ਬੈਠ ਸਕਣ। ਇਸ ਤੋਂ ਅਗਲੀ ਬੇਨਤੀ ਮੈਂ ਕਰੂੰਗਾ ਇਸ ਜ਼ਿਲ੍ਹੇ ਦੇ ਜਥੇਦਾਰ ਸਰਦਾਰ ਜਗਦੀਪ ਸਿੰਘ ਜੀ ਨਕਈ ਸਾਹਿਬ ਨੂੰ ਕਿ ਉਹ ਸੰਗਤਾਂ ਦੇ ਸਨਮੁੱਖ ਹੋਣਗੇ, ਅਤੇ ਮੈਂ ਮਾਫ਼ੀ ਚਾਹੂੰਗਾ ਰਿਪਜੀਤ ਸਿੰਘ ਜੀ XMLA ਸਾਹਿਬ, ਸਾਹਿਬ ਮੋਹਨ ਸਿੰਘ ਜੀ ਬੰਗੀ ਸਾਹਿਬ SGPC ਮੈਂਬਰ, ਸਾਹਿਬ ਸੁਖਦੇਵ ਸਿੰਘ ਜੀ ਬਾਈਆ ਸਾਹਿਬ, ਸਾਹਿਬ ਗੁਰਤੇਜ ਸਿੰਘ ਜੀ ਢੱਡੇ ਸਾਹਿਬ, ਸਰਦਾਰ ਸਤਨਾਮ ਸਿੰਘ ਜੀ ਭਾਈ ਰੂਪਾ ਸਾਹਿਬ, ਅਤੇ ਬੇਨਤੀ ਕਰਦਾ ਸਰਦਾਰ ਜਗਦੀਪ ਸਿੰਘ ਜੀ ਨਕਈ ਸਾਹਿਬ। ਬਹੁਤ ਹੀ ਸਤਿਕਾਰਯੋਗ ਸਟੇਜ 'ਤੇ ਵਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦੇ ਨਾਲ ਸਾਡੇ ਬਠਿੰਡੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ, ਸਾਡੇ ਸੀਨੀਅਰ ਅਤੇ ਜੁਝਾਰੂ ਸਾਬਕਾ ਮੰਤਰੀ ਸਾਹ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ, ਸਾਹ ਜਨਮੇਜਾ ਸਿੰਘ ਜੀ ਸੇਖੋਂ ਸਾਹਿਬ ਕੋਟਫਤਾ ਸਾਹਿਬ, ਸਾਹ ਸਰੂਪ ਸਿੰਘ ਜੀ ਸਿੰਗਲਾ ਸਾਹਿਬ, ਸਾਹ ਜੀਤਵਿੰਦਰ ਸਿੰਘ ਜੀ ਸਿੱਧੂ ਸਾਹਿਬ, ਅਤੇ ਸਾਡੇ ਵਿੱਚ ਅੱਜ ਵਿਰਾਜਮਾਨ ਸਾਹ ਜਗਮੀਤ ਸਿੰਘ ਜੀ ਬਰਾੜ ਸਾਹਿਬ, ਅਤੇ ਸਾਰੇ ਮੇਰੇ ਮੋਹਤਬਰ ਵੀਰੋ ਅਤੇ ਬਜ਼ੁਰਗੋ, ਬੀਬੀਆਂ ਅਤੇ ਭੈਣੋ ਅਤੇ ਪ੍ਰੈਸ ਵਾਲੇ ਵੀਰੋ, ਆਓ ਸਾਰੇ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਅੱਜ ਜਿਹੜੀ ਇੱਕ ਰੋਸ ਧਰਨੇ ਦਾ ਮੁਜ਼ਾਹਰਾ, ਰੋਸ ਧਰਨੇ ਦੀ ਰੈਲੀ ਇੱਥੇ ਰੱਖੀ ਗਈ ਹੈ, ਮੈਥੋਂ ਪਹਿਲਾਂ ਵੀ ਸਾਰੇ ਬੁਲਾਰਿਆਂ ਨੇ ਇੱਕੋ ਗੱਲ ਕੀਤੀ ਹੈ, ਅਤੇ ਅਫਸੋਸ ਹੈ ਕਿ ਇਸ ਪੰਜਾਬ ਸੂਬੇ ਦਾ ਇੱਕ ਨਿਖਿੱਧ ਅਤੇ ਨਿਕੰਮਾ ਮੁੱਖ ਮੰਤਰੀ ਹੈ। ਮੈਂ ਕਹਿੰਦਾ
ठीक है जिवें कि आह बोर्ड लगे है मंगदा है पंजाब कैप्टन तो हिसाब पहला इलेक्शन वेले बोर्ड लगे सी चाहुंदा है पंजाब कैप्टन की सरकार। वीरो जेड़े राजे महाराजे हुंदे ने ए सौण दे जमे वे हरा ही हरा इन्हां ने वेख्या हुंदा ते आपां की आसां इन्हां कोलों रख सकदे आ। अज सारा ही वर्ग तरह तरह करदा तुरिया फिरदा ते आपां कहने आ आ नहीं कीता आ नहीं कीता पर जेड़ा काम कैप्टन साहब ने करना है वह काम जरूर करन जानते ने वह जरूर करन जानते ने। मैनू मिल गया एक इन्हां दा सबका मंत्री मिल गया वह मैनू कहन लग्या कहिंदा थोड़ी अकाली दल की सरकार सी ते बाई इलेक्शन सी ते कैप्टन साहब ना आए कहिंदे मैं आपदे हल्के च कहन लग्या भी कैप्टन साहब भी असीं उत्थे तुरे फिरदे रहे हाँ सरकार नाल लड़दे रहे हाँ पर कैप्टन साहब तो आए नहीं। तो मोड़ के मैनू कहन लगे कहिंदे यार वह तो कैप्टन है वह तो राजा है उन्हें की आना कहिंदे यार इत्थे पार्टी नू कट्ठा करना है ते गलबात सुननी है अपोजिशन की भी वह तो उत्थे पहाड़ां च बैठा है ते आउंदा ही नहीं इत्थे। वह कहिंदे वह तो यार राजा है राजे तो पहाड़ां च रहिंदे ही हुंदे ने होर की भाल दिओ तुसीं उह तों कहिंदे अक के मैं ये गल कही कहिंदे यार कोई सभ्यता है अपनी अपना समाज है एक शरेआम एक गैर जनानी रखी बैठा है वो भी उन्हें शर्म आनी चाहिए है। ता मोड़ के कहिंदे पंचायत वाले बोले कहिंदे यार फिर की हो गया जे उन्हें एक रख ली उहदे दादे ने तो 365 रखियां वीआं सी। सो वीरो बेनती ये करदा कि मुख्यमंत्री आपां बना लिया ते अज आपां इह तों हिसाब मंगदे आ। मैं कहना इह जे निखिध तों आपां नूं पहलां ही पता होना चाहीदा सी कि की इहदियां करतूतां की नहीं। मैं कहना गरीब वर्ग तरह तरह करदा तुरिया फिरदा। आ चार क दिन पहला मैनू एक गरीब औरत दा फोन आ गया मैनू कहन लग्या भाई मेरा काम करा दे। मैं क्या कौन बोलदे हो कहिंदी मैं फलाने दे घरों बोलदी हाँ ते मैं क्या की चाहीदा कहिंदी 3 महीनों की कणक नहीं आई कणक दवा दे। मैं क्या भाई हुण तां कैप्टन दी राजे दी सरकार है अस तां कुछ कर नहीं सकते। सो वीरो जे गल कर लीए मैं कहना कोई अंत हिसाब ही नहीं कोई अंत हिसाब ही नहीं जिवें कि डिवेलपमेंट जो कम साध सुखबीर सिंह बादल ने किए ने अफसर भी मनते ने भी जिहड़ा कुछ कहता वो करता। सो मैं ये गल समझदा कि वीरो हुण इस वेले कांग्रेस भी पिटदे ने कांग्रसी लीडर भी खुद कहिंदे ने कहिंदे जाने अफसरां कोल तां मूंह मोड़ लैंदे ने ते कहिंदे अज दी घड़ी जे कोई थोड़ा सीनियर लीडर या जथेदार साडे नाल जा वड़े तां शर्मो शर्मी फेर कम हो जांदे ने। सो मैं थोनू यही बेनती करदा कि वीरो अज दा कठ दर्शाउंदा कि किवें तुसीं तकड़े उत्ते हौसला रख के वीरो हौसला रख के आ जिवें को कोटफत्ता साहब कह के गए ने इस कैप्टन दा कोई पता नहीं कदों इलेक्शन आ जाए कदों नहीं तकड़े होके रहना ते इहनू इस सरकार नूं इस निखिध सरकार नूं आपां चलदी करना अलविदा कहना इन्ना कुछ ही कहिंदा होया मैं खिमदा जा चुका हूं। वाहिगुरू जी का खालसा वाहिगुरू जी की फतेह। बहुत बहुत धन्यवाद साध जगदीप सिंह जी नकई साहब दा। मैं अगे बेनती करूंगा श्री सरूप चंद जी सिंगला नूं जिहड़े कि पिछले बड़े दिनों तो लगे हुए ने इन्हां प्रबंधां दे विच कि वह आके थोड़े सन्मुख होणगे। मैं माफ़ी चाहवागा सरदार सुखदेव सिंह जी चाल साहब तो माफ़ी चाहवागा सरदार इकबाल सिंह जी बबली ढिलों साहब तो बीबी रजिंदर कौर मीमसा जी तो श्री सरूप चंद जी सिंगला साहब। बहुत ही सत्कारयोग पंजाबियों के दिलों की धड़कन
पंजाब दे विकास दे विच बहुत वड्डियां पलांगा भरन वाले श्रोमणी अकाली दल दे प्रधान सरदार सुखबीर सिंह जी बादल साहब, सबका उप मुख्यमंत्री पंजाब सरदार जनमेजा सिंह जी सेखों साहब, सबका कैबिनेट मंत्री बहुत ही सत्कारयोग सरदार सिकंदर सिंह जी मलूका साहब, प्रधान किसान विंग दे सबका कैबिनेट मंत्री बहुत ही सत्कारयोग जगमीत सिंह जी बराड़ साहब, बहुत ही सत्कारयोग नकई साहब, बहुत ही सत्कारयोग जीत मिंदर सिंह जी सिद्धू साहब एक्स एमएलए साहब, समुची मंच दे विराजमान समुची लीडरशिप सारे ही बठिंडा जिले दे विचों आए हुए बहुत ही सत्कारयोग वर्कर साहिबान, सारे अहुदेदार साहिबान, सारे ही पत्रकार साहिबान फतेह प्रवान करे वाहेगुरु जी का खालसा वाहेगुरु जी की फतेह। अज दी रैली जी तो पता लगता है कि पिछले टाइम दे विच जो सरदार प्रकाश सिंह जी बादल साहब की अगवाई थले पंजाब दे विच बहुत वड्डी कीती डिवेलपमेंट अते हर वर्ग लई कीते कम्मां दी निशानी है, अज तुसी उहदे गवाह बने हो। कुछ दिन पहला तीन साल पहला पंजाब दे विच आई है धोखेबाज सरकार, झूठ मार के बने मुख्यमंत्री कैप्टन अमरिंदर अते उन्हां दी सारी जड़ी कैबिनेट है। अज लोग उन्हां तो बहुत दुखी ने, पंजाब हिसाब मंग रहा कैप्टन तो पिछले तीन सालों का। जे गल करते हैं गरीब वर्ग की, आटा ते पेंशन तो वांझा होया पिया है, जिथे 2500 रुपया पेंशन की गल की सी अज पेंशन नहीं मिल रही, जिथे घ्यो ते खंड की गल की सी ओ नीले कार्ड कटते, जे सगन स्कीम की गल की सी 51,000 रुपए अज लोग झाक रहे ने कि 15,000 सगन स्कीम ता की होनी सी, 51,000 ता की होनी सी, 15 तो भी लोग वांझे हो गए ने। ये सारा हिसाब लोग कैप्टन तो मंग रहे ने। अज मैं गल करदा बठिंडा दी, बठिंडा दे विच इथों बने वित्त मंत्री सरदार मनप्रीत सिंह बादल साहब, जिन्हां दी आ चिमनिया तो लंघदे सी तुहाडे सामने चिमनिया, जिन्हां दा कलेजा बाहर आउंदा सी अज उन्हां दा कलेजा पता नहीं कित्थे चलिया गया, क्योंकि वह गल करते जदों मैं थर्मल कोट दी निकलदा मेरा कलेजा बाहर आ जांदा, मैं साडी सरकार आण दिओ मैं धूआं बाहर कढ दूं, पर धूआं उहदा तां कढणा सी जिहड़े मुलाजम लगे सी उहनां दा धूआं जरूर कढता, अज रोटियां तो मोहताज ने सारे उह। और जिहड़ी गल करदा सी हर महीने बठिंडे दे विच नवां कारखाना लाउण दी, ते जिहड़े लगे कारखाने सी उहनां नूं पुट्टण लई लग्गिया होइए। मैं कह सकदा जे सरकार आई है ये धोखे की सरकार आई है, लोगों का धोखा करके सरकार आई है। अज पंजाब का हर वर्ग दुखी है और वो इस सरकार तो खेड़ा छड़ा है। मैं पिछे सारे वार्डों के जितों जाके मीटिंगा कीतियां, लोग पूछ रहे हैं कदों आ रहे हो, लोग पूछ रहे हैं सरदार सुखबीर सिंह जी बादल साहब सरदार प्रकाश सिंह जी बादल साहब की सरकार कदों आ रही है। तब मैं कहना लोग बहुत अतावले ने, ये सरकार ने जिहड़ा धोखा किया। इन्हां दी अज दी जिहड़ी रैली है पंजाब च होण जा रहीआं रैलियां है ये कांग्रेस दे कफन दा किल बन गईआं, श्रोमणी अकाली दल ते भारतीय जनता पार्टी दी आउण वाली सरकार दी अगवाई बन गईआं। बहुत वड्डी गिणती दे विच सरदार श्रोमणी अकाली दल दी सरकार दा गठन होएगा, और जो कांग्रेस ने धोखा कीता है वह धोखे खत्म करके फिर पंजाब नूं बुलंदियां दे वल लैके जाया जाएगा। इन्हां कहिंदा होइआ फिर ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਅੱਜ ਬਠਿੰਡਾ ਸ਼ਹਿਰ ਤੇ ਪਾਸੇ ਆਸੇ ਹਲਕਿਆਂ ਦੇ ਵਿੱਚ ਆਏ ਉਹਨਾਂ ਦਾ
सिर चुका के धन्यवाद करता होया बहुत वड्डी रबल सफल रैली की सारा का बहुत बहुत धन्यवाद। वाहेगुरु जी का खालसा श्री वाहेगुरु जी की फतेह। बहुत बहुत धन्यवाद सिंगला साहब जी का। मैं बेनती करूंगा सरदार जीतमिंदरजीत सिंह जी सिद्धू साहब पार्टी के जनरल सकत्र साहब उन्होंने बेनती करूंगा कि आके हाजिरी लवाउन। मैं माफी चाहवांगा सरदार सरबजीत सिंह जी डूमवाली साहब ते सरदार जीतमिंदर सिंह जी सिद्धू साहब। बहुत ही सत्कारयोग मंच ते बैठे साहब सुखबीर सिंह जी बादल प्रधान श्रोमणी अकाली दल साहब जनमेजा सिंह जी सेखों साबका कैबिनेट मंत्री साहब सिकंदर सिंह जी मलूका साबका कैबिनेट मंत्री सरदार जगमीत सिंह जी बराड साबका पार्लियामेंट दे मेंबर साहब जगदीप सिंह जी नकई प्रधान श्रोमणी अकाली दल बठिंडा श्री सरूप चंद जी सिंगला दर्शन सिंह जी कोट फत्ता अमित रतन जी ते समुची श्रोमणी अकाली दल दी मंच ते बैठी लीडरशिप मेंबर एसजीपीसी ते मेरे सामने बैठे समुचे बठिंडे जिले तो आए मेरे बुजुर्गो भरावो माताओं ते भैणो वाहिगुरु जी का खालसा वाहिगुरु जी की फतेह। अज आपां समुचे बठिंडे वाले वख वख हलकियां तो इस सरकार दे विरुद्ध एक रोस रैली दे यतना दे करके इस सरकार नू जगान दी कोशिश कीती है। तीन साल हो गए ए तीन सालां विच मैं कह सकदा कि कोई भी एह जा वर्ग नहीं जेने इस कांग्रेस पार्टी नू वोटा पाके सरकार बनाई सी ओ खुश होवे। वादे बड़े सन मैनिफेस्टो च जो लिखिया गया सी उनू हर किसे ने मानदे होया सोचदे होया कि जे सरकार आउंदी है ता जिमीदारां दा कर्जा माफ होऊगा लोकां ने वोटा पातियां। नौजवान वीरां ने नौकरियां दे लालच दे विच ए सरकार नू वोटा पा के पंजाब दी हुकूमत संभाली। मोबाइल फोनां दी गल कर लीए अनेक इह जे वादे जिहड़े इस पार्टी ने इलेक्शन तो पहला कीते सन सरकार बनदी सारे ओ भुल गए। पर मैनू एक हैरानी भी इस गल दी हुंदी है कि इन्हां नू भी पता कि इन्हां ने कीता कुछ नहीं। पर तुसी समुचे पंजाब च अज चले जाओ बठिंडे च लंघ जाओ किसी होर शहर च लंघ जाओ इस सरकार ने बड़े बड़े होर्डिंग ला दिते जिहदे विच लिख दिता कि असीं तीन सालां विच की कुछ कीता है। ਤਾਂ ਲੋਕੀ ਉਹਨਾਂ ਨੂੰ ਪੜ੍ਹ ਕੇ ਹੱਸਦੇ ਨੇ ਕਹਿੰਦੇ 12 ਲੱਖ ਤੋਂ ਵੱਧ ਨੌਕਰੀਆਂ ਦੇ ਦਿੱਤੀਆਂ ਨੌਜਵਾਨ ਵੀਰਾਂ ਨੂੰ। ਮੈਂ ਬਾਲੀ ਗੱਲ ਉਸ ਪਾਸੇ ਜਾਂਦਾ ਨਹੀਂ ਛੋਟਾ ਜਿਹਾ ਆਧਾਰ ਨਹੀਂ ਦੇ ਸਕਦਾ। ਮੇਰਾ ਹਲਕਾ ਤਲਵੰਡੀ ਸਾਬੋ ਚ 62 ਪਿੰਡ ਨੇ ਤੇ ਮੈਨੂੰ ਤਾਂ ਨਹੀਂ ਕੋਈ ਨੌਜਵਾਨ ਇਹੋ ਜਿਹਾ ਮਿਲਿਆ ਜਿਹਨੂੰ ਇਸ ਸਰਕਾਰ ਨੇ ਕੋਈ ਨੌਕਰੀ ਦਿੱਤੀ ਹੋਵੇ। ਤੇ ਝੂਠ ਤਾਂ ਕਦੇ ਵੀ ਬੋਲ ਲਓ ਕਿਸੇ ਕੋਲੇ ਵੀ ਬੋਲ ਲਓ ਪਰ ਹੁਣ ਮੈਂ ਸਮਝਦਾ ਸਮਾਂ ਉਹ ਆ ਗਿਆ ਜਿਸ ਤਰੀਕੇ ਨਾਲ ਅੱਜ ਇਹ ਠਾਠਾ ਮਾਰਦਾ ਇਕੱਠ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਅੱਜ ਤੁਸੀਂ ਵੱਡੀ ਗਿਣਤੀ ਜਿਹੜਾ ਇੱਥੇ ਆਏ ਹੋ ਇਹ ਤੁਸੀਂ ਆਪਦਾ ਮਨ ਬਣਾ ਕੇ ਆਏ ਹੋ ਕਿ ਅੱਜ ਦੀ ਰੈਲੀ ਨੇ ਆਉਣ ਵਾਲੀ 2022 ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ। ਕਿਉਂਕਿ ਤੁਸੀਂ ਦੇਖ ਲਿਆ ਕਿ ਪਿੰਡਾਂ ਚ ਕੀ ਹਾਲ ਹੈ। ਡਿਵੈਲਪਮੈਂਟ ਦਾ ਕੋਈ ਨਾਂ ਨਹੀਂ। ਸੜਕਾਂ ਜਿਹੜੀਆਂ ਟੁੱਟ ਗਈਆਂ ਉਹ ਟੁੱਟੀਆਂ ਨੇ। ਸਾਡੇ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ
बिजली दे बिल 30-30 हज़ार 40-40 हज़ार आउंदे ने ते किते एह जे हालात सन अपनी सरकार वेले आटा दाल भी समय सिर आउंदा सी, पेंशनां भी समय सिर आउंदियां सन, शगन स्कीम भी समय सिर पहुंचदी सी। क्यों? क्योंकि अपनी सरकार थोड़ी आपदी सरकार सी, हमदर्द सी, दुख दा पता सी, लोड़ दा पता सी। मैं तां इह वी कह सकदा कि अज अपने नालों ज्यादा दुखी परेशान कांग्रेस पार्टी दे वर्कर एमएलए ने, क्योंकि उन्हां दी भी कोई पुछ नहीं करता। वह भी यह कहते हैं कि यह सरकार सब तो निकम्बी सरकार कांग्रेस की इस सूबे च कदे बनी है तो यह बनी है। सो मैं मेरे बुजुर्गो भरावो यही बेनती करता कि अज एक शुरुआत की है सा सुखबीर सिंह जी बादल प्रधान श्रोमणी अकाली दल ने समुचे पंजाब दे विच वख वख जिलों दे विच इस रोस रैलियां करके एक सरकार दियां नाकामियां वास्ते दस्या सारे नू कि सरकार किन्नी निकम्मी है। सो इस करके कबर कसे कस लो, अब बस साल क रह गया, साल तो बाद आप ही माहौल बदलना शुरू हो जाता है। अपा आप ही देखिए यह 3 साल दे विच जो इन्होंने गुंडागर्दी बतौर हलका इंचार्ज बना के लोगों के झूठे परचे पा के की है। ये कहते सी तुसी याद करो मेरे बुजुर्गो भरावो, इतो थोड़ी दूर पिछे ही यही कैप्टन अमरिंदर सिंह ने गुटका साहब हाथ च फड़ के दमदमा साहब कन्नी सौ खादी सी कि मैं नशे खत्म कर दूंगा, चिट्टा खत्म कर दूंगा। मैनू दस दो तुसी एडी बड़ी गिनती च बैठे हो, हुण तक घर घर बिकदा हलका इंचार्ज पकाउंदे ने। घटना की सी? आ रोज मौतां हुंदियां ने, रोज मौतां हुंदियां, नौजवान वीर परिवार किड्डा वड्डा नुकसान हो रहा उन्हां दा, कल्ले चिट्टे नशे करके नहीं, आ खुदकुशियां देख लो। ए बहुत वड्डा जुल्म कीता है किसानी ते, मेरे गरीब परिवार किसानां ते कैप्टन अमरिंदर सिंह दे सरकार ने, जिहड़ा झूठा वादा कीता कि मैं करजे माफ कर देंगा, कोऑपरेटिव बैंकां दे भी कर देंगा, सरकारी बैंकां दे भी कर देंगा, आड़तियां दा भी कर देंगा। मैनू दस दिओ किसे दे कर्जे माफ होए है? जे होए है 2-4 टामे टामे करते ये दिखाउण वास्ते कि हाँ असी काम कर रहे हैं, पर असल विच जेड़ा कोई कर्जदार सी ओ दुखी होके रोज आपां अखबारां च पढ़दे आ, टैलीविजन ते देखदे आ कि किस तरीके नाल आत्महत्या कर रहे ने, परिवार उजड़ रहे ने। ये तो सीधा ते सीधा जिम्मेवार कौन है? कांग्रेस सरकार ते कैप्टन अमरिंदर सिंह, क्योंकि जे उन्होंने झूठा वादा ना किया हुंदा, लोगों ने वो कर्जे का जिहड़ा पैसा सी भरना बंद कर दिता, कोऑपरेटिव बैंक फेल हो गए, क्योंकि अगले कहते ने साडा तां कर्जा माफ हो जाना है, असी क्यों किश्तां भरीए। सो इस करके मैं ये कह सकदा कि यह सरकार निखित निकम्मी सरकार इस पंजाब नू बर्बाद करन उत्ते तुली है, ते हुण समा घट रह गया, 2 साल रह गए, 2 साल दे विच आपां हुण तगड़े होके श्रोमणी अकाली दल सर सुखबीर सिंह जी बादल दे नैनमय हेठ आपां वधिया पिंड पिंड जाके घर घर जाके जिस तरीके नाल आपां भर्तियां कीतियां ने, जिस तरीके नाल आपां मैंबरशिप बनाई है, उस तरीके नाल आपां घर घर जाके श्रोमणी अकाली दल दा सुनेहा पहुंचाइए, साह प्रकाश सिंह जी बादल साह सुखबीर सिंह जी बादल दा सुनेहा पहुंचाइए कि आने वाला समा अपना समा है, आने वाला समा अपना समा ओ ताही पर आएगा जे आपां तगड़े होके अपनियां जिम्मेवारियां संभालदे होए आपां पार्टी नूं तगड़ा करिए, आपां अपने आप नूं तगड़ा करके आपां श्रोमणी अकाली दल दी आउण वाले दिनां च सरकार लियाईए। सो मैं ज्यादा ना कहिंदा होया, मैं समुचे जिन्हें तुसीं अज इत्थे वख वख पिंडां चों वख वख हलकियां चों आए हो ते खास करके हलका तलवंडी साबो तो वड्डी गिनती च इत्थे तुसीं आए हो, तुहाडा मैं दिलों धन्नवाद करदा ते उम्मीद करदा कि अज जो सरदार सुखबीर सिंह जी बादल आपां नूं मार्गदर्शन देणगे उस ते चलदे होए आपां श्रोमणी अकाली दल नूं तगड़ा करना, आपां पार्टी नूं मुड़ दुबारा सरकार विच लिआउणा है। बहुत बहुत धन्नवाद, वाहिगुरू जी का खालसा, वाहिगुरू जी की फतेह। बहुत बहुत धन्नवाद सरदार जीतमिंदर सिंह जी सिद्धू साहब का।
एक जकारा मैं थोड़े तो लवाने है, क्योंकि बीबा हरसिमरत कौर बादल अपने सरकारी रजेव्या करके वो दिल्ली में सी थोड़े दर्शन नहीं कर सके। सरदार प्रकाश सिंह जी बादल साहब, सरदार सुखबीर सिंह जी बादल साहब के सहयोग नाल जो उन्होंने बठिंडे का नक्शा बदलिया, जो उन्होंने बठिंडे के काम करवाए, एक उन्होंने अज आप समर्पित होकर दो तीन नारे ला के उन्होंने स्वागत के योग आप जरूर करना। श्रोमणी अकाली दल, सरदार प्रकाश सिंह जी बादल, सरदार सुखबीर सिंह जी बादल, बीबा हरसिमरत कौर बादल। हुण मैं बड़े आदर ते सत्कार दे सहित बेनती करूंगा पार्टी दे बहुत ही सीनियर लीडर, पार्टी दी कोर कमेटी दे मैंबर सरदार जनमेजा सिंह जी सेखों साहब आके थोड़े सन्मुख होणगे। सरदार जनमेजा सिंह जी सेखों साहब, स्टेज ते विराजमान कहने ते कथनी दे सच्चे पंजाब दा भविख श्रोमणी अकाली दल दे प्रधान सरदार सुखबीर सिंह जी बादल साहब, उन्हां दे नाल बैठे साडे बहुत ही सीनियर आगू सरदार सिकंदर सिंह जी मलूका साहब, पंजाब दे बहुत वड्डे बुलारे साबका MP सरदार जगमीत सिंह जी बराड़ साहब, सिंगला साहब, सरदार जीतमिंदर सिद्धू साहब, अमित रतन जी, कोट फत्ता साहब ते स्टेज ते विराजमान श्रोमणी गुरुद्वारा प्रबंधक कमेटी दे मैंबर साहबान ते समुची लीडरशिप सामने बैठे बहुत ही सत्कारयोग श्रोमणी अकाली दल दे जुझारू वीरों फतेह अर्ज करदा हां। वाहेगुरु जी का खालसा, वाहेगुरु जी की फतेह। मेरे तो पहला सारे वीरां ने, बोलन वाले वीरां ने तुहानू दस्या कि किस तरह कैप्टन साहब ने चोणां तो पहले पंजाब दे लोकां नाल बहुत वड्डे वड्डे वादे कीते ते उन्हां चों एक भी पूरा नहीं कीता। मैं ओ बार बार गल्लां नहीं दोहराउणा चाहुंदा, मैं तां वीरो तुहानूं यही दसदा कि जिन्ना नुकसान पंजाब दा कांग्रेस पार्टी ने कीता है होर कोई कर नहीं सकदा। तुसी जेड़े लोग इत्थे बैठे हो सारे, तुहाडा मुख धंधा खेतीबाड़ी है। पंजाब दा मजदूर, पंजाब दा व्यापारी सारे दे सारे डायरेक्ट इनडायरेक्ट खेतीबाड़ी धंधे नाल संबंधित है ते खेतीबाड़ी वास्ते पानी दी बहुत लोड़ है, नहरी पानी दी ते पानी वीरो एक कांग्रेस पार्टी ने हिंदुस्तान दे संविधान दे सारे कानून छिक्के टंग के पंजाब दे पानिया ते डाका मार लिया। संविधान दे विच ए साफ लिखिया है कि पानी जड़ा है जेड़े सूबे च दरिया वगदे ने उन्हां सूबियां दा हुंदा है।
ਤੇ ਜਿਹੜੇ ਸੂਬਿਆਂ ਨਾਲ ਪਾਣੀ ਦਾ ਕੋਈ ਤਾਲਕ ਨਹੀਂ, ਦਰਿਆਵਾਂ ਦਾ ਕੋਈ ਤਾਲਕ ਨਹੀਂ, ਉਹਨਾਂ ਨੂੰ ਪਾਣੀ ਤਾਂ ਹੀ ਦਿੱਤਾ ਜਾ ਸਕਦਾ ਹੈ ਜੇ ਉਸ ਸੂਬੇ ਵਿੱਚ ਪਾਣੀ ਵਾਧੂ ਹੋਵੇ। ਤਾਂ ਵੀਰੋ, ਸਾਡੇ ਕੋਲ ਪਾਣੀ ਵਾਧੂ ਹੈ ਨਹੀਂ, ਸਿਰਫ 27% ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹ ਨਹਿਰੀ ਪਾਣੀ ਨਾਲ ਆਪਾਂ ਇਰੀਗੇਟ ਕਰਦੇ ਹਾਂ ਅਤੇ ਬਾਕੀ ਸਾਰੇ ਟਿਊਬਵੈੱਲਾਂ ਨਾਲ ਸਿੰਚਾਈ ਹੁੰਦੀ ਹੈ। ਅੱਜ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ, ਬਹੁਤੇ ਬਲਾਕ ਤਾਂ ਬਲੈਕ ਲਿਸਟ ਕਰ ਦਿੱਤੇ। ਤਾਂ ਫਿਰ ਵੀਰੋ, ਆਉਣ ਵਾਲੇ ਸਮੇਂ 'ਚ ਆਪਣਾ ਭਵਿੱਖ ਜਿਹੜਾ ਹੈ ਉਹ ਬਹੁਤ ਮਾੜਾ ਹੈ। ਮੈਂ ਇੱਕ ਬੇਨਤੀ ਕਰਦਾ ਤੁਹਾਨੂੰ, ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ, ਇਹ ਸਾਡੀ ਮਾਂ ਪਾਰਟੀ ਹੈ ਅਤੇ ਪਹਿਲਾਂ ਵੀ ਅੱਜ ਤੱਕ ਜਿੰਨੇ ਵੀ ਹੱਕਾਂ ਦੀਆਂ ਲੜਾਈਆਂ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਵਾਸਤੇ ਲੜੀਆਂ, ਹੋਰ ਕਿਸੇ ਪਾਰਟੀ ਨੇ ਲੜੀਆਂ ਨਹੀਂ। ਇਹ ਪਾਣੀ ਦੇ ਮਸਲੇ 'ਚ ਵੀ ਜਦੋਂ ਦਰਬਾਰਾ ਸਿੰਘ ਨੇ ਸੁਪਰੀਮ ਕੋਰਟ 'ਚ ਐਫੀਡੇਵਿਟ ਦੇ ਦਿੱਤਾ ਕਿ ਜੋ ਇੰਦਰਾ ਗਾਂਧੀ ਨੇ ਕੀਤਾ, ਜੋ ਬਟਵਾਰਾ ਸਾਡਾ ਹੋਇਆ ਉਹ ਠੀਕ ਹੈ, ਅਤੇ ਵੀਰੋ ਪਾਣੀ ਦੇ ਤਾਂ ਆਪਣੇ ਉਦਣ ਹੀ ਹੱਥ ਵੱਢੇ ਗਏ, ਪਾਣੀ 'ਤੇ ਉਸੇ ਦਿਨ ਡਾਕਾ ਮਾਰ ਲਿਆ। ਪਰ ਸਰਦਾਰ ਬਾਦਲ ਨੇ ਬਹੁਤ ਜੱਦੋਜਹਿਦ ਕੀਤੀ ਸੁਪਰੀਮ ਕੋਰਟ 'ਚ, ਬੜੇ ਵੱਡੇ ਵੱਡੇ ਵਕੀਲ ਲਿਆ ਕੇ ਸੁਪਰੀਮ ਕੋਰਟ 'ਚ ਦਲੀਲਾਂ ਹੋਈਆਂ। ਪਰ ਜਦੋਂ ਕਾਂਗਰਸ ਪਾਰਟੀ ਨੂੰ ਪਤਾ ਲੱਗ ਗਿਆ ਕਿ ਸਾਡੇ ਵਰਖਿਲਾਫ ਕੇਸ ਹੋਊਗਾ, ਤਾਂ ਦਰਬਾਰਾ ਸਿੰਘ ਨੂੰ ਬੁਲਾ ਕੇ ਇੰਦਰਾ ਗਾਂਧੀ ਨੇ ਇਹ ਕਹਿ ਦਿੱਤਾ ਕਿ ਜਾਂ ਤਾਂ ਚੀਫ ਮਿਨਿਸਟਰੀ ਤੋਂ ਅਸਤੀਫਾ ਦੇ ਦੇ ਅਤੇ ਜਾਂ ਕਹਿ ਦੇ ਸੁਪਰੀਮ ਕੋਰਟ 'ਚ ਕਿ ਇਹ ਜਿਹੜਾ ਪਾਣੀ ਦਿੱਤਾ ਸੀ ਰਾਜਸਥਾਨ ਨੂੰ ਇਹ ਜਾਇਜ਼ ਹੈ। ਉਹਨੇ ਵੀਰੋ ਚੰਗਾ ਹੁੰਦਾ ਜੇ ਅਸਤੀਫਾ ਦੇ ਦਿੰਦਾ, ਪਰ ਉਹਨੇ ਪੰਜਾਬ ਦੇ ਹੱਕ ਵੇਚ ਦਿੱਤੇ। ਸੋ ਪਾਣੀ ਦਾ ਜਿਹੜਾ ਮਸਲਾ ਸਾਡਾ ਸਭ ਤੋਂ ਵੱਡਾ ਨੁਕਸਾਨ ਜੇ ਪੰਜਾਬ ਦਾ ਕੀਤਾ ਤਾਂ ਸਾਡੇ ਪਾਣੀਆਂ 'ਤੇ ਡਾਕਾ ਮਾਰਿਆ। ਇਦੋਂ ਬਗੈਰ ਵੀ ਗੁਰੂ ਘਰ ਸਾਡੇ ਨਹੀਂ ਛੱਡੇ। ਵੀਰੋ 84 ਦੇ ਦੰਗਿਆਂ ਦੀ ਆਲ ਕਿਹੜੀ ਕਿਹੜੀ ਗੱਲ ਕਰੀਏ, ਬਹੁਤ ਨੁਕਸਾਨ ਕੀਤਾ ਪੰਜਾਬ ਦਾ। ਮੈਂ ਗੱਲ ਕਰਦਾ ਕਿਉਂਕਿ ਬਾਦਲ ਸਾਹਿਬ ਆ ਗਏ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਪਹੁੰਚ ਚੁੱਕੇ ਨੇ, ਦੋਨੋਂ ਝੰਡੇ ਖੜੇ ਕਰਕੇ ਸਾਰਿਆਂ ਨੇ ਸਵਾਗਤ ਕਰਨਾ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸ਼੍ਰੋਮਣੀ ਅਕਾਲੀ ਦਲ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸ਼੍ਰੋਮਣੀ ਅਕਾਲੀ ਦਲ, ਬੋਲੇ ਸੋ ਨਿਹਾਲ। ਸਰਦਾਰ ਜਨਮੇਜਾ ਸਿੰਘ ਜੀ ਸੇਖੋਂ ਸਾਹਿਬ, ਮੈਂ ਜ਼ਿਆਦਾ ਸਮਾਂ ਹੋਰ ਤੁਹਾਡਾ ਲੈਣਾ ਨਹੀਂ ਕਿਉਂਕਿ ਅੱਜ ਤਾਂ ਤੁਸੀਂ ਸਾਡੇ ਮਹਿਬੂਬ ਲੀਡਰ, ਪੰਜਾਬੀਆਂ ਦੇ ਲੋਕ ਨਾਇਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸੁਣਨ ਵਾਸਤੇ ਆਏ ਹੋ, ਪਰ ਦੋ ਗੱਲਾਂ ਬੜੇ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਹ ਜਿਹੜੇ ਲੋਕ ਅੱਜ ਗੱਲਾਂ ਕਰਦੇ ਹੈ ਕਿ ਸ਼੍ਰੋਮਣੀ ਕਮੇਟੀ ਦਾ ਕਬਜ਼ਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਛਡਾਉਣਾ ਹੈ। ਕਈ ਲੋਕ ਤਾਂ ਇਹ ਵੀ ਕਹਿੰਦੇ ਹੈ ਕਿ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਬਾਦਲਾਂ ਦਾ ਹੈ। ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਇਹ ਜਿਹੜੀ ਸੰਸਥਾ ਹੈ ਇਹ ਸਿੱਖਾਂ ਦੀ ਸਿਰਮੋਰ ਸੰਸਥਾ ਹੈ ਔਰ ਬੜੀਆਂ ਸ਼ਹਾਦਤਾਂ ਦੇ ਕੇ
ਇਹ ਸੰਸਥਾ ਹੋਂਦ ਵਿੱਚ ਆਈ ਹੈ। ਜੇ ਕੋਈ ਕਾਰਗੁਜ਼ਾਰੀ ਮਾੜੀ ਹੋ ਸਕਦੀ ਹੈ ਕਿਸੇ ਵਿਅਕਤੀ ਵਿਸ਼ੇਸ਼ ਦੀ, ਪਰ ਮੇਰੇ ਵੀਰੋ ਜਿਨ੍ਹਾਂ ਨੇ ਐਡੇ ਐਡੇ ਅਹੁਦੇ ਮਾਣੇ ਆ ਸ਼੍ਰੋਮਣੀ ਅਕਾਲੀ ਦਲ 'ਚ, ਉਹ ਲੋਕ ਵੀ ਇਸ ਸੰਸਥਾ ਦੀ ਅੱਜ ਬਦਨਾਮੀ ਕਰਨ ਤਾਂ ਐਦੂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲਾਂ ਮੈਂਬਰਾਂ ਦੀ ਚੋਣ ਹੁੰਦੀ ਹੈ, ਫਿਰ ਪ੍ਰਧਾਨ ਦੀ ਚੋਣ ਹੁੰਦੀ ਹੈ। ਮੈਂ ਤਾਂ ਉਹਨਾਂ ਵੀਰਾਂ ਨੂੰ ਕਹਿੰਦਾ ਕਿ ਪਹਿਲਾਂ ਵੀ ਬੜਾ ਟਾਈਮ ਤੇ ਟਾਈਮ ਕਾਂਗਰਸ ਸਰਕਾਰਾਂ ਨਾਲ ਰਲ ਕੇ ਕਦੇ ਸਾਧ ਸੰਗਤ ਬੋਰਡ ਬਣੇ, ਕਦੇ ਕੁਛ ਬਣਿਆ, ਕਦੇ ਕੁਛ ਬਣਿਆ, ਪਰ ਮਾਣ ਨਾ ਕਹਿ ਸਕਦਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਵੀਰੋ ਇਹ ਫਤਵਾ ਦਿੱਤਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਪਾਰਟੀ ਹੈ ਜਿਹੜੇ ਪੰਜਾਬ ਦੇ ਹੱਕਾਂ ਖਾਤਰ ਲੜਦੀ ਹੈ। ਢੀਂਡਸਾ ਸਾਹਿਬ ਇਹ ਵੀ ਕਹਿੰਦੇ ਹੈ ਕਿ ਮੈਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਰਕੇ ਪਾਰਟੀ ਛੱਡੀ ਹੈ। ਮੈਂ ਢੀਂਡਸਾ ਸਾਹਿਬ ਨੂੰ ਇਸ ਸਟੇਜ ਤੋਂ ਪੁੱਛਣਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਦਾ ਬਾਦਲ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਾਸਤੇ ਪੇਸ਼ ਕਿਹਨੇ ਕੀਤਾ ਸੀ? ਸਰਦਾਰ ਢੀਂਡਸਾ ਸਾਹਿਬ ਨੇ ਨਾਂ ਪੇਸ਼ ਕੀਤਾ ਸੀ ਅਤੇ ਬ੍ਰਹਿਮਪੁਰੇ ਨੇ ਤਾਇਦ ਕੀਤੀ ਸੀ। ਅੱਜ ਜਦੋਂ ਆਪਣੀ ਦੂਸਰੀ ਵਾਰੀ ਸਰਕਾਰ ਬਣੀ ਹੈ ਨਾ, ਅਤੇ ਢੀਂਡਸਾ ਸਾਹਿਬ ਕੋਰ ਕਮੇਟੀ 'ਚ ਖੜ੍ਹੇ ਹੋ ਕੇ ਬਾਦਲ ਸਾਹਿਬ ਨੂੰ ਕਹਿੰਦੇ ਕਿ ਬਾਦਲ ਸਾਹਿਬ ਆਹ ਦੂਸਰੀ ਵਾਰੀ ਸਰਕਾਰ ਜਿਹੜੀ ਬਣੀ ਹੈ, ਕਹਿੰਦੇ ਤਾਂ ਸੱਚ ਹੀ ਸੀ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕ੍ਰੈਡਿਟ ਜਾਂਦਾ ਹੈ। ਅੱਜ ਜਿਹੜੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਦਾ 10 ਸਾਲ ਸੋਹਲਾ ਗਾਉਂਦੇ ਗਏ, ਸੋਹਲੇ ਗਾਉਂਦੇ ਰਹੇ, ਉਹਨਾਂ ਦੀਆਂ ਵਡਿਆਈਆਂ ਦੇ ਪੁਲ ਬਣਦੇ ਰਹੇ, ਅੱਜ ਉਹਨਾਂ ਨੂੰ ਕੀ ਹੋ ਗਿਆ ਵੀਰੋ? ਇੱਕੋ ਹੀ ਇੱਕ ਗੱਲ ਹੈ ਕਿ ਅੱਜ ਉਹਨਾਂ ਦੀਆਂ ਤਾਰਾਂ ਉਹਨਾਂ ਲੋਕਾਂ ਨਾਲ ਲੱਗ ਗਈਆਂ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕੀਤਾ। ਮੈਂ ਇੱਕ ਗੱਲ ਸਿਰਫ ਹੋਰ ਕਹਿ ਕੇ ਬਹਿ ਜਾਣਾ, ਜ਼ਿਆਦਾ ਸਮਾਂ ਤੁਹਾਡਾ ਲੈਣਾ ਨਹੀਂ। ਇੱਕ ਆ ਨਵੀਂ ਪਾਰਟੀ ਉੱਠੀ ਹੈ, ਆਪ ਪਾਰਟੀ। ਇਹ ਵੀਰੋ ਨਵੀਂ ਪਾਰਟੀ ਜਿਹੜੀ ਉੱਠੀ ਹੈ, ਇਹ ਵੀ ਕਾਂਗਰਸ ਦੀ ਦੇਣ ਹੈ, ਇਹ ਕਾਂਗਰਸ ਦੀ ਬੀ ਟੀਮ ਹੈ। ਆ ਤੁਸੀਂ ਦੇਖਿਆ ਆ ਮਾਲ ਵਿੱਚ ਕੀ ਹੋਇਆ? ਜਦੋਂ ਪਤਾ ਲੱਗ ਗਿਆ ਕਿ ਕਾਂਗਰਸ ਦੇ ਸਾਰੇ ਮੈਂਬਰ ਹਰਦੇ ਹੈ, ਤਾਂ ਸਾਰੇ ਦੇ ਸਾਰੇ ਮੈਂਬਰਾਂ ਨੇ ਇੱਕੋ ਹੀ ਰੌਲਾ ਪਾਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਨਾ ਦਿਓ ਅਤੇ ਆਪ ਨੂੰ ਪਾ ਦਿਓ। ਹੋਇਆ ਕਿ ਨਹੀਂ ਐਵੇਂ ਹੋਇਆ? ਅਤੇ ਦਿੱਲੀ 'ਚ ਵੀ ਇਹੀ ਕੁਛ ਹੋਇਆ। ਇਹ ਉੱਪਰੋਂ ਉੱਪਰੋਂ ਕਹਿੰਦੇ ਕੁਛ ਹੋਰ ਹੈ, ਪਰ ਵੀਰੋ ਇਹ ਸਭ ਕੁਛ ਇੱਕੋ ਹੀ ਹੈ। ਅਤੇ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਕਈ ਚਾਲਾਂ ਚੱਲਣੀਆਂ, ਕਈ ਕੁਛ ਕਰਨਾ। ਆ ਟਕਸਾਲੀਆਂ ਨੇ ਵੀ, ਆਪ ਵਾਲਿਆਂ ਨੇ ਵੀ, ਕਿਉਂਕਿ ਕਾਂਗਰਸ ਦੇ ਹੱਥ ਠੋਕੇ ਹੈ ਅਤੇ ਇਹਨਾਂ ਤੋਂ ਆਪਾਂ ਸੁਚੇਤ ਨਹੀਂ ਰਹਿਣਾ, ਕਿਉਂਕਿ ਮਾਲਵੇ ਵਾਲੇ ਵੀਰੋ ਤੁਸੀਂ ਭੋਲੇ ਪਾਲੇ ਹੋ ਅਤੇ ਇਹਨਾਂ ਦੀਆਂ ਗੱਲਾਂ 'ਚ ਛੇਤੀ ਆ ਜਾਂਦੇ ਹੋ ਅਤੇ ਜਜ਼ਬਾਤੀ ਹੋ ਕੇ ਇਹਨਾਂ ਮਗਰ ਲੱਗ ਜਾਂਦੇ ਹੋ। ਸੋ ਮੈਂ ਤਾਂ ਜ਼ਿਆਦਾ ਸਮਾਂ ਲੈਣਾ ਨਹੀਂ, ਇੰਨਾ ਹੀ ਕਹਿੰਦਾ ਹੋਇਆ ਖਿਮਾ ਮੰਗਦਾ। ਜੇ ਕਿਸੇ ਦੇ ਕੋਈ ਵਰਖਿਲਾਫ ਵੱਧ ਘੱਟ ਗੱਲ ਕਹਿ ਗਏ ਹੋਵਾ ਤਾਂ ਮਾਫ਼ੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਜਨਮੇਜਾ ਸਿੰਘ ਜੀ ਸੇਖੋਂ ਸਾਹਿਬ ਦਾ। ਮੈਂ ਬੇਨਤੀ ਕਰੂੰਗਾ ਕਿ ਜਿਹੜੇ ਪਿੱਛੇ ਲੋਕ ਖੜ੍ਹੇ ਆ, ਜੇ ਖੱਬੇ ਸੱਜੇ ਕਿਤੇ ਵੀ ਜਗ੍ਹਾ ਨਹੀਂ ਮਿਲਦੀ ਆ, ਬੱਸਾਂ ਦੇ ਸਨ 'ਚ ਜਿਹੜਾ ਖਾਲੀ ਥਾਂ ਪਿਆ, ਸਿਕਿਉਰਿਟੀ ਵਾਲੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਉੱਥੇ ਆ ਜਾਣ ਦੇਣ ਤਾਂ ਕਿ ਲੋਕ ਨੇੜਿਓਂ ਖੜ੍ਹ ਕੇ ਆਪਣੇ ਮਹਿਬੂਬ ਨੇਤਾਵਾਂ ਦੇ ਦਰਸ਼ਨ ਕਰ ਸਕਣ। ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਜਗਮੀਤ ਸਿੰਘ ਜੀ ਬਰਾੜ ਸਾਹਿਬ ਨੂੰ ਕਿ ਉਹ ਆ ਕੇ ਤੁਹਾਡੇ ਦਰਸ਼ਨ ਕਰਨਗੇ। ਸਰਦਾਰ ਜਗਮੀਤ ਸਿੰਘ ਜੀ ਬਰਾੜ ਸਾਹਿਬ
पार्टी के सीनियर मीत प्रधान ते मैं माफी चाहूंगा भुपिंदर सिंह जी भुल्लर साहब उन्होंने साथी सोही साहब से होर सारे तो सरदार जगमीत सिंह बराड़ साहब नूं बेनती करूंगा कि थोड़े सन्मुख होण। कोई गल मंच ते विराजमान हिंदुस्तान दी राजनीति दी और लोक सेवा दी सब तो वड्डी हस्ती श्रोमणी अकाली दल दे सरपरस्त लगातार 60 वरे पंजाब दे लोकां दी अगवाही केवल सरकारां बनाउण लई ही नहीं सैकड़े वार जेलां विच जाके कुर्बानी करन वाले सरदार प्रकाश सिंह जी बादल साहब 100 वरियां दे गौरवमई इतिहास श्रोमणी अकाली दल दे प्रधान और मेरे भरा श्री सुखबीर सिंह जी बादल साहब मैनू सुखबीर जी ने हुक्म कीता है कि तुसी नावां ते बड़ा समा ना लाया करो क्योंकि प्रमुख तौर ते सारे दा सारा जो जरूरी पार्टी दी लाइन है वो प्रधान और सरपरस्त ने देनी है। समुची लीडरशिप विराजमान है स्टेज ते मैं आज सब तो पहला अमृतसर दे पावन धरती ते एक बड़ा वड्डा ते डूंगा ऐलान सरदार प्रकाश सिंह बादल ने कीता कि श्रोमणी अकाली दल वन सवनता विच भरोसा रखदा धर्म निरपेक्षता विच भरोसा रखदा गुरु ग्रंथ साहब महाराज और गीता दे फरमाना ते भरोसा रखदा इस करके हिंदुस्तान दे अंदर श्रोमणी अकाली दल भाईचारक एकता ते सांझ दी गल करदा रहेगा। अज मैं बादल साहब तुहानू मुबारकबाद दिना शायद तुहाडे नोटिस से ना आया होए दुनिया दे तमाम अखबारां ने न्यूयॉर्क टाइम तो लैके वाशिंगटन पोस्ट आई और ब्रिटिश अंग्रेजां दा अखबार है जिहड़ा टाइम्स उहदे च खबर लगी है कि जदों दिल्ली जल रहा सी तां श्रोमणी गुरुद्वारा प्रबंधक कमेटी ने अकाली दल दे सरपरस्त दे उन्हां दे राय ते मशवरे दे नाल ज्ञानी हरप्रीत सिंह अकाल तख्त साहब दे जथेदार ने और सरदार सुखबीर सिंह बादल ने और श्रोमणी कमेटी दे प्रधान गोबिंद सिंह लौंगोवाल ने ऐलान कीता कि जो दिल्ली दे अंदर नुकसान होया लोकां दा उन्हां सारयां दे कैंप ते फ्री लंगर ओ श्रोमणी कमेटी ते श्रोमणी अकाली दल लाएगा। सत श्री अकाल। बादल साहब मेरा सिर ता फखर ना उच्चा होया है जदों मेरी पार्टी दे सरपरस्तां दे बारे हिंदुस्तान ते दुनिया दे अखबार लिख रहे हैं कि जदों 1946 विच कलकत्ते दे अंदर हिंदुआ ते मुसलमाना दा झगड़ा होया 16 अगस्त 1946 नूं लगातार 15 दिन कलकत्ते दे अंदर लाशां दे ढेर लग गए उदों भी श्रोमणी अकाली दल ने अपने गुरुद्वारियां दे प्रधानां नूं कलकत्ते विच कहा कि असी गुरु दे विच भरोसा रखदे हां अव्वल अल्लाह नूर पाया कुदरत के सब बंदे
ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ, ਉੱਥੇ ਵੀ ਕੈਂਪ ਲਾਏ। ਸਤਿ ਸ੍ਰੀ ਅਕਾਲ। ਔਰ ਇਸ ਗੱਲ ਦਾ ਮੁਬਾਰਕਬਾਦ ਹੈ ਅਕਾਲੀ ਦਲ ਦਾ ਵਰਕਰ ਦਿੱਲੀ ਦੇ ਅੰਦਰ, ਬਾਕੀ ਹਿੱਸਿਆਂ ਦੇ ਅੰਦਰ। ਇਹ ਕੰਮ ਗੁਜਰਾਤ ਵਿੱਚ ਵੀ ਕੀਤਾ। ਸਾਡੀ ਕੌਮ ਦੇ ਮਹਾਨ ਪੰਜਾਬੀਆਂ ਨੇ, ਕੱਲੇ ਸਿੱਖਾਂ ਨੇ ਨਹੀਂ, ਪੰਜਾਬੀਆਂ ਨੇ ਗੁਜਰਾਤ ਦੇ ਲਖਨਊ ਦੇ ਅੰਦਰ ਅਨੇਕਾਂ ਸਥਾਨਾਂ ਤੇ ਜਦੋਂ ਬਿਪਤਾ ਤੇ ਭੀੜ ਆਈ ਹੈ ਉਦੋਂ ਕੁਰਬਾਨੀਆਂ ਕੀਤੀਆਂ। ਮੈਂ ਕਿਉਂਕਿ ਸਮਾਂ ਥੋੜ੍ਹਾ, ਦੋ ਚਾਰ ਗੱਲਾਂ ਤੁਹਾਡੇ ਨਾਲ ਹਿਰਦੇ ਦੀਆਂ ਕਰਨਾ ਚਾਹੁੰਦਾ। ਬੜਾ ਵੱਡਾ ਮੋੜ ਹੈ ਪੰਜਾਬ ਦੀ ਰਾਜਨੀਤੀ ਤੇ ਹਿੰਦੁਸਤਾਨ ਦੀ ਰਾਜਨੀਤੀ ਦਾ। ਅੱਜ ਮੇਜਾ ਸਿੰਘ ਜੀ ਨੇ ਬੜੀ ਵਧੀਆ ਗੱਲ ਕਹੀ। ਅੱਜ ਜਿਹੜੀ ਆਮ ਆਦਮੀ ਪਾਰਟੀ ਰੋਜ਼ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਪ੍ਰਚਾਰ ਕਰਦੀ ਹੈ, ਮੈਂ ਉਹਨਾਂ ਤੇ ਇੱਕ ਸਵਾਲ ਕਰਨਾ ਚਾਹੁੰਦਾ ਜਿਹੜਾ ਅੱਜ ਹਿੰਦੁਸਤਾਨ ਦੀ ਰਾਜਨੀਤੀ ਦਾ ਪ੍ਰਮੁੱਖ ਸਵਾਲ ਬਣ ਜਾਏਗਾ। ਬਾਦਲ ਸਾਹਿਬ ਨੇ ਹਮੇਸ਼ਾ ਟਾਡਾ ਦਾ ਵਿਰੋਧ ਕੀਤਾ, ਬਾਦਲ ਸਾਹਿਬ ਨੇ ਐਮਰਜੈਂਸੀ ਦਾ ਵਿਰੋਧ ਕੀਤਾ, ਬਾਦਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਸੂਬੇ ਦੇ ਮੋਰਚਿਆਂ ਵਿੱਚ, ਮੈਨੂੰ ਯਾਦ ਹੈ ਮੇਰੇ ਪਿਤਾ ਜੀ ਵੀ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਕੈਦ ਸਨ, ਐਮਰਜੈਂਸੀ ਵਿੱਚ ਵੀ ਕੈਦ ਸਨ। ਲੱਖਾਂ ਦੀ ਤਾਦਾਦ ਵਿੱਚ ਆਜ਼ਾਦੀ ਤੋਂ ਬਾਅਦ ਅਗਰ ਕਿਸੇ ਪਾਰਟੀ ਦਾ ਵਰਕਰ ਜੇਲ੍ਹਾਂ ਵਿੱਚ ਗਿਆ, ਉਹ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਗਿਆ। ਮੈਂ ਆਪ ਨੂੰ ਪੁੱਛਣਾ ਚਾਹੁੰਦਾ, ਮੈਂ ਹੈਰਾਨ ਰਹਿ ਗਿਆ ਖਬਰ ਪੜ੍ਹ ਕੇ। ਆਹ ਖਬਰ ਪੰਜਾਬ ਦੀ ਪ੍ਰੈਸ ਲਈ ਬਹੁਤ ਮਹੱਤਵਪੂਰਨ ਹੈ। ਸਭ ਤੋਂ ਪਹਿਲਾ ਕੰਮ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਹਕੂਮਤ 'ਚ ਆਉਣ ਤੋਂ ਬਾਅਦ ਕੀਤਾ ਕਿ ਵਿਚਾਰਧਾਰਾ ਦਾ ਵਿਪਰੀਤ ਵਿਰੋਧ ਹੋ ਸਕਦਾ, ਸਾਡਾ ਕਮਿਊਨਿਸਟ ਪਾਰਟੀ ਦੇ ਆਗੂਆਂ ਨਾਲ ਜਾਂ ਭਾਰਤੀ ਜਨਤਾ ਪਾਰਟੀ ਜਾਂ ਹੋਰ ਪਾਰਟੀਆਂ ਦੇ ਆਗੂਆਂ ਨਾਲ ਵਿਚਾਰਾਂ ਦਾ ਮਤਭੇਦ ਹੋ ਸਕਦਾ ਹੈ, ਲੇਕਿਨ ਵਿਦਿਆਰਥੀ ਯੂਨੀਅਨ ਦੇ ਆਗੂ ਜੋ 38 ਥਾਵਾਂ ਤੇ ਬਿਹਾਰ ਵਿੱਚ ਜਾ ਕੇ ਹਿੰਦੁਸਤਾਨ ਦੀ ਏਕਤਾ ਦੀ ਗੱਲ ਕਰਦਾ, ਉਹਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਆਮ ਆਦਮੀ ਪਾਰਟੀ ਨੇ ਰਿਕਮੈਂਡ ਕੀਤਾ ਕਿ ਇਹਦੇ ਖਿਲਾਫ ਦੇਸ਼ ਧਰੋਹੀ ਦਾ ਮੁਕੱਦਮਾ ਕਨਹੱਈਆ ਕੁਮਾਰ ਦੇ ਖਿਲਾਫ ਦਰਜ ਕਰ ਦਿੱਤਾ ਜਾਏ। ਕੀ ਆਪ ਪ੍ਰਜਾਤੰਤਰ 'ਚ ਭਰੋਸਾ ਰੱਖਦੀ ਹੈ? ਕੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਔਰ ਪ੍ਰਧਾਨ ਉਹ ਇੱਕ ਵਿਦਿਆਰਥੀ ਆਗੂ ਦੇ ਖਿਲਾਫ ਜਿਹੜਾ ਵੰਨ ਸੁਵੰਨਤਾ ਦੀ ਗੱਲ ਕਰ ਰਿਹਾ, ਜਿਹੜਾ ਦੇਸ਼ ਦੀ ਗੱਲ ਕਰ ਰਿਹਾ? ਮੁਕੱਦਮਾ ਸਾਡੇ ਤੇ ਵੀ ਬਣੇ, ਬਾਦਲ ਸਾਹਿਬ ਤੇ ਦੇਸ਼ ਧਰੋਹ ਦੇ ਮੁਕੱਦਮੇ ਬਣਾਏ ਗਏ ਕਿਉਂਕਿ ਕਾਂਗਰਸ ਪਾਰਟੀ ਨੇ ਸਾਡੇ ਖਿਲਾਫ ਉਸ ਵੇਲੇ ਸਾਰੇ ਦਾ ਸਾਰਾ ਜੋ ਕੇਸ ਸਨ ਉਹ ਸਾਡੇ ਵਿਰੁੱਧ ਬਣਾਏ ਗਏ। ਅੱਜ ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਕਿਉਂਕਿ ਉਸ ਸ਼ਖਸ ਨੂੰ ਜਾਣਦੇ ਹਨ, ਸੁਖਬੀਰ ਜੀ ਵੀ ਜਾਣਦੇ ਹਨ, ਪੰਜਾਬ ਦੀ ਵਿਧਾਨ ਸਭਾ ਵਿੱਚ ਇਸ ਇਜਲਾਸ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਹੈ, ਜਿਹੜਾ ਬਿਆਨ ਛਪਿਆ ਬਹੁਤ ਅਖਬਾਰਾਂ ਔਰ ਮੀਡੀਆ ਦੇ ਅੰਦਰ। ਕੈਪਟਨ ਕਹਿੰਦਾ ਕਿ ਮੈਂ ਸ਼ਹਾਦਤ ਦੇ ਦਿਆਂਗਾ ਪੰਜਾਬ ਦੇ ਪਾਣੀਆਂ ਤੇ, ਕਹਿੰਦਾ ਮੈਂ ਸ਼ਹਾਦਤ ਦੇ ਦਿਆਂਗਾ। ਉਹ ਮੈਂ ਨਹੀਂ, ਬਾਦਲ ਸਾਹਿਬ ਨਹੀਂ, ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਅਰਥ ਸ਼ਾਸਤਰੀ ਸਰਦਾਰਾ ਸਿੰਘ ਚੌਲ ਨੇ ਆਪਣੀ ਪੋਸਟ ਪਾ ਕੇ ਕਿਹਾ ਕਿ ਅਮਰਿੰਦਰ ਸਿੰਘ ਮੈਂ ਤੈਨੂੰ ਇੱਕ ਸਵਾਲ ਕਰਨਾ ਚਾਹੁੰਦਾ। ਚੌਲ ਬੋਲਦਾ ਪੰਜਾਬ ਦੇ ਹਿੱਤਾਂ ਦਾ ਰਾਖੀ ਕਰਨ ਵਾਲਾ, ਜਿਹਨੇ ਅੱਜ ਤੋਂ 40 ਵਰੇ ਪਹਿਲਾਂ ਪੰਜਾਬ ਦੇ ਪਾਣੀਆਂ ਦੀ ਗੱਲ ਜਿਹੜੀ ਮੈਨੂੰ ਸਮਝਾਈ ਸੀ, ਉਹ ਮੈਂ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਅੰਦਰ ਪੰਜਾਬ ਦਾ ਪਾਣੀ ਜਿਹੜਾ 18.15 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾ ਰਿਹਾ ਹੈ, ਉਹਦੀ ਪਹਿਲੀ ਰਿਪੋਰਟ ਸਰਦਾਰਾ ਸਿੰਘ ਜੋਹਲ ਨੇ ਦਿੱਤੀ ਸੀ। ਉਹ ਪੁੱਛਦਾ ਅਮਰਿੰਦਰ ਸਿੰਘ ਨੂੰ ਪਰਸੋਂ ਵਾਲੇ ਬਿਆਨ ਤੇ, ਉਹ ਕਹਿੰਦਾ ਸ਼ਹਾਦਤ ਕਾਹਦੀ, ਸ਼ਹਾਦਤ ਕਾਹਦੀ ਦੇਗਾ ਤੂੰ? ਰਾਜਸਥਾਨ ਨੂੰ ਪਾਣੀ ਤੁਰਿਆ ਜਾਂਦਾ, ਹਰਿਆਣੇ ਨੂੰ ਪਾਣੀ ਤੁਰਿਆ ਜਾਂਦਾ, ਪੰਜਾਬ ਦਾ ਪਾਣੀ ਘਟ ਗਿਆ, ਗਲੇਸ਼ੀਅਰ ਮੈਲਟ ਹੋ ਗਏ, ਤੇ ਤੂੰ ਸ਼ਹਾਦਤ ਕਾਹਦੇ ਤੇ ਦੇਗਾ? ਇਹ ਪਖੰਡ ਹੈ, ਉਹਨੇ ਕਿਹਾ। ਇਹ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਉਹਨਾਂ ਨਾਲ ਠੱਗੀ ਮਾਰਨ ਦਾ ਪਖੰਡ ਜਿਹੜਾ ਹੈ ਉਹ ਪੰਜਾਬ ਦੀ ਵਿਧਾਨ ਸਭਾ ਵਿੱਚ ਅਮਰਿੰਦਰ ਸਿੰਘ ਨੇ। ਅਸੀਂ ਉਸ ਬਿਆਨ ਦਾ
उस बयान दा जो उन्होंने झूठा और फोका और तारा मारन वाला और फोके धमकजे वाला बयान मुख्यमंत्री ने दिता है उन्हों श्रोमणी अकाली दल आज पूर्ण रूप विच उन्हों कंडम करता है। मैं पूछना चाहना कैप्टन साहब नूं बादल साहब इजाजत दे दिओ पांच मिनट क्योंकि इन्हां पंजां सवालां दा जवाब नहीं है अमरिंदर सिंह कोले। इन्हां पंजां सवालां दा अगर वह जवाब दे देवे मैं अपनी पार्टी दे प्रधान दी हाजरी च कहना कि जे तू देश द्रोह दा भी मुकदमा मेरे विरुद्ध दर्ज करना कर लै लेकिन अज बठिंडे दी पावन धरती ते जिस धरती नूं पहली बार हरसिमरत कौर जी बादल ने एम्स वर्गे इत्थे हस्पताल लिया के फिरोजपुर तो लैके मोगे ताई मुक्सर ताई फरीदकोट ताई लुधियाने ताई लोग कहिंदे ओ बचाते दस दस रुपये की पर्ची दे नाल अज पंजाब दे लोकां दियां सेहत सेवावां दे इलाज दा जो उन्होंने बीड़ा चक्या सी अज मैनू माण महसूस हुंदा है कि मैं नौ हल्कियां विच जाके जो उन्हां दी उस वेले इलेक्शन विच कह के आया ओ साडी छोटी भैण ने ओ सारे दे सारे मसले चाहे सज्जन कुमार नू जेलां विच डक्कण दी गल होवे चाहे यूनिवर्सिटी की गल होवे चाहे फूड पार्कां की गल होवे चाहे बेरोजगारी की गल होवे हरसिमरत कौर बादल ने हिंदुस्तान की पार्लियामेंट के अंदर पंजाब की किसानी की पंजाब के मजदूर की पंजाब के मुलाजम और किरती कामे की उन्होंने गल की है। तो दूजे पासे बाबा दूजे पासे भी सुन ला किते नहीं होया हिंदुस्तान च जेड़ियां नशा कंट्रोल करन वालियां गोलियां 200 करोड़ दियां हेल्थ डिपार्टमेंट पंजाब ने खरीदियां ओ मैं नहीं कह रहा ओ प्यारा प्यारा लाल गर्ग जेड़ा आर्टिकल लिखता है सेहत दे उत्ते उन्हें अपने आर्टिकल विच किया है के लोड़ा साईं दा ओ ना पता नहीं मेडिसिन दा की है ब्रूफन के की ओ 200 करोड़ रुपए दी हेल्थ डिपार्टमेंट चो पंजाब दी मौजूदा अमरिंदर सिंह सरकार दे सेहत मंत्रालय ने 200 करोड़ दी दवाई गायब करती है उदा कोई हिसाब किताब नहीं उदा पता ही नहीं लग्या। और मैनू बादल साहब शाइस्तगी ते शऊर तुसी सानू सिखाया असी अपने शब्दां ते वी कंट्रोल रखना है लेकिन मैनू याद आउंदा है कि पिछले कांग्रेस दे राज वेले एक नारा चलिया पंजाब दे विच मैं नहीं किया वो बादल साहब ने भी नहीं किया वो पंजाब दा आवाम कहिंदा सी कि पंजाब सरकार दी बल्ले बल्ले दो शराबी तीन दल्ले ए उस वेले नारा चलिया माफ करना ਇਹ ਅਖਬਾਰਾਂ ਵਿੱਚ ਛਪਿਆ ਮੈਂ ਤਾਂ ਕਹਿ ਰਿਹਾ ਪ੍ਰੈਸ ਇੱਥੇ ਬਿਰਾਜਮਾਨ ਤੇ ਅੱਜ ਇੱਕ ਨਵਾਂ ਨਾਰਾ ਚੱਲਿਆ ਪੰਜਾਬ ਦੇ ਵਿੱਚ ਬਾਦਲ ਸਾਹਿਬ ਉਹ ਨਾਰਾ ਪਤਾ ਕੀ ਹੈ ਪੰਜਾਬ ਸਰਕਾਰ ਦੀ ਮਲੂਕਾ ਸਾਹਿਬ ਪੰਜਾਬ ਸਰਕਾਰ ਦੀ ਬੱਲੇ ਬੱਲੇ 80 ਐਮਐਲਏਆਂ ਤੇ ਵਜ਼ੀਰਾਂ ਤੇ ਪਾਤੇ ਲੱਲੇ ਤੇ ਅਰੂਸਾ ਆਲਮ ਦੀ ਬੱਲੇ ਬੱਲੇ ਇਹ ਨਾਰਾ ਅੱਜ ਪੰਜਾਬ ਦੇ ਵਿੱਚ ਪ੍ਰਚਲਿਤ ਹੋਇਆ। ਸਤਿ ਸ੍ਰੀ ਅਕਾਲ ਇਹ ਸਰਕਾਰ ਹੈ ਕਿ ਮੁੱਖ ਮੰਤਰੀ ਨੂੰ ਕੋਈ ਅਧਿਕਾਰ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਗੱਲ ਕਰੇ। ਬਾਦਲ ਸਾਹਿਬ ਤੁਹਾਨੂੰ ਯਾਦ ਹੋਣਾ ਉਸ ਦਿਨ ਜਿਸ ਦਿਨ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਹਾਡੀ ਹਿੰਮਤ ਨਾਲ ਪੰਜਾਬ ਦੇ ਲੋਕਾਂ ਦੀਆਂ ਅਰਦਾਸਾਂ ਨਾਲ ਚਰਨਜੀਤ ਸਿੰਘ 70 ਸਾਲਾਂ ਦੀਆਂ ਅਰਦਾਸਾਂ ਤੋਂ ਬਾਅਦ ਇੱਥੇ ਬਿਰਾਜਮਾਨ ਹੈ ਬਹੁਤ ਆਗੂ ਮੈਂ ਮਾਫੀ ਮੰਗਦਾ ਮੈਂ ਉਹਦਾ ਨਾਂ ਨਹੀਂ ਲੈ ਸਕਿਆ। ਕਰਤਾਰਪੁਰ ਸਾਹਿਬ ਦਾ ਜਦੋਂ ਲਾਂਘਾ ਖੁੱਲਣ ਲੱਗਿਆ ਉਹ ਸਾਰਾ ਪੰਜਾਬ ਤੇ ਦੁਨੀਆ ਜ਼ੋਰ ਲਾਈ ਜਾਵੇ ਲਾਂਘਾ ਖੋਲੋ ਅਰਦਾਸਾਂ ਕੀਤੀਆਂ ਸਾਰਿਆਂ ਨੇ ਮਹਾਰਾਜ ਦੇ ਅੱਗੇ ਅਰਦਾਸਾਂ ਕਾਮਨਾਵਾਂ ਕੀਤੀਆਂ ਔਰ ਜਥੇਦਾਰ ਕੁਲਦੀਪ ਸਿੰਘ ਵਡਾਲਾ ਬਾਦਲ ਸਾਹਿਬ ਦੇ ਸਭ ਤੋਂ ਨੇੜੇ ਦੇ ਦੁਆਬੇ ਦੇ ਆਗੂ ਉਹਨਾਂ ਨੇ ਜਾ ਕੇ 40 ਵਾਰ
ਸਾਰੀਆਂ ਮੱਸਿਆਂ ਤੇ ਜਾ ਕੇ ਅਰਦਾਸਾਂ ਕੀਤੀਆਂ, ਅਕਾਲੀ ਦਲ ਦੇ ਉਪਰਾਲੇ ਨਾਲ ਲਾਂਘਾ ਖੁੱਲ ਗਿਆ। ਹੁਣ ਤੁਹਾਨੂੰ ਯਾਦ ਹੈ ਇਹਨੇ ਕੀ ਬਿਆਨ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ? ਇਹਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਬਿਆਨ ਦਿੱਤਾ ਸੀ ਕਿ ਇਹ ਲਾਂਘਾ ਖਤਰਨਾਕ ਸਿੱਧ ਹੋਏਗਾ, ਇਹਦੇ ਨਾਲ ਸਾਡੀਆਂ ਫੌਜਾਂ ਦੇ ਅੰਦਰ ਭੜਥੂ ਪੈ ਜਾਏਗਾ, ਇਹਦੇ ਨਾਲ ਪਾਕਿਸਤਾਨ ਨੂੰ ਮੌਕਾ ਮਿਲ ਜਾਏਗਾ। ਉਹ ਪਾਕਿਸਤਾਨ ਦਾ ਪੰਜਾਬੀ, ਇੱਥੋਂ ਦਾ ਪੰਜਾਬੀ, ਸਾਡਾ ਮੁਸਲਮਾਨ, ਸਾਡਾ ਦਲਿਤ, ਅਸੀਂ ਤਾਂ ਇਹ ਜਿਉਂਦੇ ਗੁਰੂ ਦੇ ਨਾਂ ਤੇ ਪੰਜਾਬ, ਨਾ ਹਿੰਦੂ ਨਾ ਮੁਸਲਮਾਨ। ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਹੈ ਪੰਜਾਬ ਜਿਉਂਦਾ ਸਾਰਾ ਗੁਰਾਂ ਦੇ ਨਾਂ ਤੇ। ਇਹਨੇ ਉਹ ਮੀਂਗਣਾ ਘੋਲੀਆਂ ਉੱਥੇ ਭਾਸ਼ਣ ਦਿੱਤਾ ਕਿ ਲੋਕਾਂ ਨੇ ਕਿਹਾ, ਕੋਈ ਜੱਫੀ ਪਾ ਲਈ, ਕੋਈ ਮਿਲ ਲਿਆ ਕੱਲ ਨੂੰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪਾਕਿਸਤਾਨ ਮਿਲਣ ਆ ਜੇ, ਉਹਨਾਂ ਦੇ ਪਿੰਡ ਸੁਖਬੀਰ ਸਿੰਘ ਹੋਰਾਂ ਨੂੰ ਮਿਲਣ ਆ ਜੇ, ਹਰਸਿਮਰਤ ਕੌਰ ਜੀ ਬਾਦਲ ਨੂੰ ਕੋਈ ਉਹਨਾਂ ਦਾ ਫੋਰਨ ਮਿਨਿਸਟਰ ਮਿਲਣ ਆ ਜੇ, ਅਗਰ ਕੋਈ ਵਿਚਾਰ, ਅਗਰ ਕਿਸੇ ਪ੍ਰਕਾਰ ਦਾ ਲੋਕਾਂ ਦੇ ਮਸਲੇ ਨੂੰ ਹੱਲ ਕਰਨ ਲਈ ਕੀਤਾ ਜਾਏ, ਉਹਦੇ ਵਿੱਚ ਕੀ ਬੁਰੀ ਗੱਲ ਹੋ ਸਕਦੀ ਹੈ? ਮੈਂ ਬੇਨਤੀ ਕਰਨਾ ਚਾਹੁੰਦਾ, ਸੌੜੀ ਰਾਜਨੀਤੀ ਪੰਜਾਬ ਵਿੱਚ ਨਹੀਂ ਚੱਲੇਗੀ। ਪੰਜਾਬ ਏਕਤਾ ਦਾ, ਗਦਰੀ ਬਾਬਿਆਂ ਦਾ, ਬੱਬਰ ਅਕਾਲੀਆਂ ਦਾ, ਸਾਡੇ ਕੁਰਬਾਨੀ ਕਰਨ ਵਾਲਿਆਂ ਯੋਧਿਆਂ ਦਾ, ਮੈਂ ਤਾਂ ਇੱਥੋਂ ਤੱਕ ਕਹਿੰਦਾ ਕਿ ਕਮਿਊਨਿਸਟ ਪਾਰਟੀ ਨੇ ਵੀ ਦੇਸ਼ ਦੀ ਜੰਗੇ ਆਜ਼ਾਦੀ ਦੀ ਲਹਿਰ ਵਿੱਚ, ਚਾਹੇ ਤੇਜਾ ਸਿੰਘ ਸੁਤੰਤਰ ਹੈ, ਬਾਦਲ ਸਾਹਿਬ ਦੇ ਨੇੜੇ ਰਹੇ ਨੇ, ਜਗੀਰ ਸਿੰਘ ਜੋਗਾ ਹੈ, ਇਹਨਾਂ ਲੋਕਾਂ ਨੇ ਦੇਸ਼ ਦੀ ਗੱਲ ਕੀਤੀ ਹੈ। ਔਰ ਦੇਸ਼ ਨੂੰ ਜੋ ਤੋੜਨ ਵਾਲੀਆਂ ਸ਼ਕਤੀਆਂ ਹਨ, ਉਹਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਸਦਾ ਵਿਰੋਧ ਕਰੇਗਾ। ਮੈਂ ਆਪ ਨੂੰ ਅੰਤ ਵਿੱਚ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਔਰ ਇਜਾਜ਼ਤ ਲਵਾਂਗਾ। ਪੰਜਾਬ ਦਾ ਸਭ ਤੋਂ ਵੱਧ ਬੇਰੁਜ਼ਗਾਰ ਨੌਜਵਾਨ, 11 ਲੱਖ ਨੌਕਰੀਆਂ ਦਾ ਝੂਠਾ ਐਲਾਨ। ਮੈਨੂੰ ਛੋਟਾ ਭਰਾ ਜੀਤ ਮਿੰਦਰ ਕਹਿ ਰਿਹਾ ਸੀ ਕਿ ਜਿਹੜਾ ਮੈਨੀਫੈਸਟੋ ਕਾਂਗਰਸ ਨੇ ਬਣਾਇਆ, ਅਗਰ ਉਹਦਾ ਵਿਰੋਧ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਚ ਹੋ ਗਿਆ, ਇਹ ਬੰਦੇ ਇਸ ਕਰਕੇ ਅੰਦਰ ਹੋਣਗੇ ਕਿ ਜਿਹੜੀ SIT ਦਾ ਐਲਾਨ ਜਿਹੜੇ ਧੱਬੇ ਬਾਦਲ ਸਾਹਿਬ ਦੇ ਵਿਰੁੱਧ ਔਰ ਅਕਾਲੀ ਦਲ ਦੇ ਵਿਰੁੱਧ ਲਗਾਏ ਗਏ ਹਨ। ਅੱਜ ਮੈਂ ਸਵਾਲ ਪੁੱਛਣਾ ਚਾਹੁੰਦਾ, ਕਿਉਂਕਿ ਇੱਥੇ ਕੋਟਕਪੂਰਾ ਦੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਔਰ ਖੇੜਾ ਸਾਹਿਬ ਬੈਠੇ, ਉਹ ਚਸ਼ਮਦੀਦ ਗਵਾਹ ਹਨ। ਉਦੋਂ ਬਾਬਲ ਕਲਾਂ ਔਰ ਬਰਗਾੜੀ ਦੇ ਅੰਦਰ ਜਸਬੀਰ ਕੌਰ, ਜਿਹੜੀ ਸਰਪੰਚ ਸੁਰਜੀਤ ਸਿੰਘ ਦੀ ਧਰਮ ਪਤਨੀ ਹੈ, ਅੰਮ੍ਰਿਤਧਾਰੀ ਹੈ, ਜਿਹਦੇ ਘਰੇ ਅਫਸੋਸ ਕਰਕੇ ਆਏ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਹਨੇ ਚੀਕਾਂ ਕੂਕਾਂ ਮਾਰ ਕੇ, ਉਹਨੇ ਵੈਣ ਪਾ ਕੇ ਕਿਹਾ ਕਿ ਦੋ ਕਾਂਗਰਸ ਦੇ ਨੇਤਾਵਾਂ, ਇੱਕ ਦਾ ਨਾਂ ਗੁਰਪ੍ਰੀਤ ਸਿੰਘ ਕਾਂਗੜ ਤੇ ਦੂਜੇ ਦਾ ਨਾਂ ਕੁਸ਼ਲਦੀਪ ਸਿੰਘ ਢਿੱਲੋਂ, ਇਹਨਾਂ ਦੋਨਾਂ ਨੇ ਪਹਿਲਾਂ 55,000 ਦਾ ਬਿੱਲ ਘੱਲਿਆ, ਫਿਰ 1,31,000 ਦਾ ਬਿਜਲੀ ਦਾ ਬਿੱਲ ਘੱਲਿਆ। ਮੇਰਾ ਘਰ ਵਾਲਾ ਅੰਦਰ ਵੜ ਗਿਆ। ਉਦੋਂ ਬਾਅਦ ਉਸ ਬੰਦੇ ਤੇ ਅਸਰ ਹੋਇਆ ਜਿਸ ਦਿਨ ਉਥੋਂ ਦੇ ਲੋਕਲ ਇਹਨਾਂ ਦੇ ਬੰਦਿਆਂ ਨੇ 15-15 ਫਾਇਰ ਪੱਕੀਆਂ ਰਾਈਫਲਾਂ ਦੇ ਉਹਦੇ ਚੁਬਾਰੇ ਦੇ ਕੋਲ ਦੀ ਕੱਢੇ, ਤੇ ਜਸਬੀਰ ਕੌਰ ਬੋਲਦੀ ਹੈ FIR ਦਰਜ ਹੈ, SIT ਅਮਰਿੰਦਰ ਸਿੰਘ ਬਣਾਤੀ, ਤੇ ਪਹਿਲਾਂ ਇਹ ਦੋਹ ਤਾਂ ਗ੍ਰਿਫਤਾਰ ਕਰ ਜਿਨ੍ਹਾਂ ਦੇ ਵਿਰੁੱਧ ਚਸ਼ਮ ਦੀ ਧਰਮ ਪਤਨੀ, ਜਿਹੜਾ ਬੰਦਾ ਦੁਨੀਆ ਚ ਨਹੀਂ ਰਿਹਾ ਸੁਰਜੀਤ ਸਿੰਘ ਸਰਪੰਚ, ਉਹਦੇ ਖਿਲਾਫ ਉਹਨੇ ਬਿਆਨ ਦਿੱਤਾ ਹੈ। ਇਨਸਾਫ ਦਾ ਤਕਾਜ਼ਾ ਹੈ, ਲਹੂ ਲੋਕਾਂ ਦਾ ਹੈ, ਇਹ ਪਾਣੀ ਨਹੀਂ, ਇਸ ਦੀ ਸੁਰਖੀ ਕਦੇ ਜਾਣੀ ਨਹੀਂ। ਇਸ ਕਰਕੇ ਇਹਨਾਂ ਲੋਕਾਂ ਦੇ ਵਿਰੁੱਧ ਤੁਹਾਨੂੰ ਐਕਸ਼ਨ ਲੈਣਾ ਪਏਗਾ। ਪਰ ਅੰਤ ਵਿੱਚ ਹਬੀਬ ਜਾਲਬ, ਸਾਹਿਤ ਦੀ ਗੱਲ ਨਾ ਕਰੋ, ਪੰਜਾਬ ਦੀਆਂ ਕਾਨਫਰੰਸਾਂ ਵਿੱਚ ਅਧੂਰਾ ਰਹਿ ਜਾਂਦਾ ਕੰਮ, ਬਸ ਇੱਕ ਤੁੱਕ ਰਹਿ ਗਈ। ਹਬੀਬ ਜਾਲਬ ਬਾਦਲ ਸਾਹਿਬ ਜਦੋਂ ਅਯੂਬ ਖਾਨ ਬਣਿਆ ਤੇ ਉਹਨਾਂ ਨੇ ਸਾਰੇ ਪੋਏਟ, ਸ਼ਾਇਰ, ਲਿਖਾਰੀ, ਜਰਨਲਿਸਟ, ਸਹਾਫੀ ਉਹ ਅੰਦਰ ਕਰਤੇ ਜੇਲ੍ਹਾਂ ਚ, ਉਹਨੂੰ ਮੌਕਾ ਮਿਲ ਗਿਆ ਰਾਵਲਪਿੰਡੀ ਲੋਕਾਂ ਦੀ ਗੱਲ ਕਰਨ ਦਾ ਉੱਥੋਂ ਦੀ, ਕਿਉਂਕਿ ਉਹ ਡਿਕਟੇਟਰਸ਼ਿਪ ਆ ਗਈ ਸੀ। ਉਹ ਬੋਲਦਾ ਹੈ
ਹੁਕਮਰਾਨ ਹੋ ਗਏ ਕਮੀਨੇ ਲੋਕ। ਇਹ ਅਮਰਿੰਦਰ ਸਿੰਘ ਤੇ ਲਾਗੂ ਹੁੰਦਾ ਹੈ, ਹੁਕਮਰਾਨ ਹੋ ਗਏ ਕਮੀਨੇ ਲੋਕ ਔਰ ਮਿੱਟੀ ਮੇ ਮਿਲ ਗਏ ਨਗੀਨੇ ਲੋਕ। ਅੱਜ ਜਿਹੜੀਆਂ ਖੁਦਕਸ਼ੀਆਂ, ਅੱਜ ਜਿਹੜਾ ਖੇਤ ਮਜ਼ਦੂਰ ਦਾ ਔਰ ਪੰਜਾਬ ਦਾ ਬੇਰੁਜ਼ਗਾਰ ਨੌਜਵਾਨ, ਪੰਜਾਬ ਦੀਆਂ ਕਿਸਾਨ ਯੂਨੀਅਨਾਂ, 14 ਜ਼ਿਲ੍ਹਿਆਂ 'ਚ ਧਰਨੇ ਚੱਲ ਰਹੇ ਪੰਜਾਬ ਦੇ ਕਿਸਾਨਾਂ ਦੇ, ਜਿਹਨੂੰ ਸਪੋਰਟ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ, ਕਿਉਂਕਿ ਜਾਇਜ਼ ਮੰਗਾਂ ਦੇ ਲਈ ਆ ਜਿਹੜਾ ਕੱਲ ਮੁਜ਼ਾਰਾ ਹੋਇਆ, ਪਾਰਟੀ ਦੇ ਆਗੂ ਨੇ ਬਾਦਲ ਸਾਹਿਬ ਦੀ ਸਰਪ੍ਰਸਤੀ ਦੇ ਅਧੀਨ ਪੰਜਾਬ ਦੀ ਵਿਧਾਨ ਸਭਾ ਔਰ ਮਨਪ੍ਰੀਤ ਸਿੰਘ ਬਾਦਲ ਖੁਸ਼ਕ ਮੰਤਰੀ ਮੈਂ ਇਹ ਜਾ ਕਦੇ ਨਹੀਂ ਦੇਖਿਆ। ਇਹ ਪਤਾ ਨਹੀਂ ਬਾਦਲ ਸਾਹਿਬ ਇਹ ਇਕਨੋਮਿਕਸ ਕਿੱਥੋਂ ਪੜ੍ਹ ਕੇ ਆਇਆ ਹੈ। ਇਹ ਬੰਦਾ 3 ਸਾਲ ਹੋ ਗਏ ਕਹਿੰਦੇ ਨੂੰ ਖਜ਼ਾਨਾ ਖਾਲੀ ਹੈ, ਖਜ਼ਾਨਾ ਬਾਦਲ ਸਾਹਿਬ ਖਾਲੀ ਕਰ ਗਏ। ਇਹ ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਇਹ ਖਜ਼ਾਨਾ ਆਪਾਂ ਜਿਵੇਂ ਨਰਮਾ ਰੱਖਦੇ ਸੀ ਉਹਦੀ ਸਵਾਤ ਨਹੀਂ ਹੈ, ਵੀ ਇੱਕ ਵਾਰੀ ਕੱਢ ਲਓ ਤੇ ਮੁੜ ਕੇ ਆਉਂਦਾ ਨਹੀਂ, ਇਹ ਕੋਈ ਪੋਟਲੀ ਨਹੀਂ ਹੈ ਹੀਰਿਆਂ ਦੀ। ਇੱਥੇ ਸ਼ਾਹੂਕਾਰ ਬੈਠੇ ਆ, ਅਗਰਵਾਲ ਗੁਪਤਾ ਭਰਾ ਸਾਰੇ ਜਾਣਦੇ ਹੈ, ਇਹ ਜਿਹੜਾ ਖਜ਼ਾਨਾ ਹੈ ਰੋਜ਼ ਭਰਦਾ ਰੋਜ਼ ਖਾਲੀ ਹੁੰਦਾ ਹੈ। ਪੰਜਾਬ ਦੇ ਲੋਕਾਂ ਦੇ ਨਾਲ ਐਡਾ ਵੱਡਾ ਧਰੋਹ, ਐਡਾ ਵੱਡਾ ਧੋਖਾ ਔਰ ਮੂੰਹ ਚੋਂ ਹੀ ਗੱਲ ਮਾੜੀ ਨਿਕਲਦੀ ਹੈ ਇਹਦੇ। ਇਹ ਜਿਹੜਾ ਮਨਪ੍ਰੀਤ ਸਿੰਘ ਖਜ਼ਾਨਾ ਮੰਤਰੀ ਹੈ, ਹੁਣ ਝੂਠੇ ਅੰਕੜੇ ਪੇਸ਼ ਕਰਤੇ ਆ ਪੰਜਾਬ ਦੀ ਵਿਧਾਨ ਸਭਾ 'ਚ, ਇਨਕਲਾਬ ਲੈ ਆਵਾਂਗੇ 3 ਸਾਲਾਂ 'ਚ। ਉਹ ਤੁਹਾਡੇ ਕੋਲੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਨੂੰ ਪੈਸੇ ਹੈ ਨਹੀਂ, ਤੁਹਾਡੇ ਕੋਲੇ ਪੈਨਸ਼ਨਾਂ ਦੇ ਪੈਸੇ ਹੈ ਨਹੀਂ, ਤੁਹਾਡੇ ਕੋਲੇ ਡਿਵੈਲਪਮੈਂਟ ਦੇ ਪੈਸੇ ਹੈ ਨਹੀਂ। ਇਹ ਤਾਂ ਧੰਨ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੰਤਰੀ ਔਰ ਪ੍ਰਧਾਨ ਜਿਨ੍ਹਾਂ ਨੇ ਸੰਗਤ ਦਰਸ਼ਨਾਂ ਦੇ ਦੌਰਾਨ ਪੰਜਾਬ ਦੇ ਵਿਕਾਸ ਦੀ ਝੜੀ ਜਿਹੜੀ ਹੈ ਉਹ ਲਾ ਦਿੱਤੀ ਸੀ। ਮੈਂ ਇੰਨੇ ਸ਼ਬਦਾਂ ਦੇ ਨਾਲ ਸਰਦਾਰ ਜਨਮੇਜਾ ਸਿੰਘ ਸੇਖੋਂ ਸਾਹਿਬ, ਸਿਕੰਦਰ ਸਿੰਘ ਮਲੂਕਾ ਸਾਹਿਬ, ਰਤਨ ਸਾਹਿਬ, ਦਰਸ਼ਨ ਸਿਹੋਰੀ, ਸਰੂਪ ਜੀ, ਬਹੁਤ ਸਾਡੇ ਪਰਮ ਮਿੱਤਰ ਔਰ ਨਾਲ ਦੀ ਨਾਲ ਸਾਰੇ ਦੇ ਸਾਰੇ ਪਤਵੰਤੇ ਮੀਨਸਾ ਜੀ ਔਰ ਪ੍ਰਧਾਨ ਜੀ ਔਰ ਮੇਅਰ ਸਾਹਿਬ ਬਲਵੰਤ ਰਾਏ ਜੀ ਬੈਠੇ ਹੈ ਔਰ ਸਾਰੇ ਦੇ ਸਾਰੇ ਨਕਈ ਸਾਹਿਬ ਔਰ ਸਾਰਿਆਂ ਦਾ ਜੋ ਐਡਾ ਵੱਡਾ ਇਕੱਠ ਕੀਤਾ ਔਰ ਤੁਹਾਡਾ ਸਭ ਤੋਂ ਜ਼ਿਆਦਾ ਜਿਨ੍ਹਾਂ ਨੇ ਅੱਜ ਬਠਿੰਡੇ ਤੋਂ ਇੱਕ ਨਵੇਂ ਇਨਕਲਾਬ ਦਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਲਾਈਨ ਦਾ ਕਿ ਜਿੱਥੇ ਵੀ ਕਿਤੇ ਭਾਰਤ ਦੇ ਅੰਦਰ ਧੱਕਾ ਹੋਏਗਾ ਸ਼੍ਰੋਮਣੀ ਅਕਾਲੀ ਦਲ ਆਪਦੇ ਗੌਰਵਮਈ ਤੇ ਮਾਨਵਤੇ ਇਤਿਹਾਸ ਤੇ ਪਹਿਰਾ ਦੇਗਾ। ਲੋਕ ਗੱਜ ਵੱਜ ਕੇ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਜਗਮੀਤ ਸਿੰਘ ਜੀ ਬਰਾੜ ਸਾਹਿਬ ਦਾ। ਮੈਂ ਬੜੇ ਆਦਰ ਤੇ ਸਤਿਕਾਰ ਦੇ ਸਹਿਤ ਬੇਨਤੀ ਕਰੂੰਗਾ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਦੇ ਮੈਂਬਰ ਸਾਬਕਾ ਕੈਬਨਿਟ ਮੰਤਰੀ ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ ਨੂੰ ਕਿ ਉਹ ਆ ਕੇ ਸੰਗਤਾਂ ਦੇ ਸਨਮੁਖ ਹੋਣ। ਉਸ ਤੋਂ ਪਹਿਲਾਂ 2 ਨਾਅਰੇ ਜ਼ਰੂਰ ਆਪਾਂ ਬੁਲੰਦ ਕਰੀਏ, ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ, ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਸਾਡੇ ਬਹੁਤ ਹੀ ਸਤਿਕਾਰਯੋਗ, ਕਹਿਣੀ ਤੇ ਕਰਨੀ ਦੇ ਪੂਰੇ ਦਰਵੇਸ਼ ਸਿਆਸਤਦਾਨ, ਹਿੰਦੁਸਤਾਨ ਦੀ ਏਕਤਾ ਦੇ ਵਧਾਈ, ਪੰਜਾਬ ਦੇ 5 ਵਾਰ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦੇ ਨਾਲ ਬੈਠੇ ਆਉਣ ਵਾਲਾ ਪੰਜਾਬ ਦਾ ਭਵਿੱਖ, ਜੋ ਕਹਿਤਾ ਸੋ ਕਰਤਾ, ਕਹਿਣੀ ਕਰਨੀ ਦੇ ਪੱਕੇ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਮੰਚ ਤੇ ਬੈਠੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਸੀਨੀਅਰ ਸਾਥੀ, ਲੀਡਰ ਸਾਹਿਬਾਨ, ਵਰਕਰ ਸਾਹਿਬਾਨ, ਮੇਰੇ ਸਾਹਮਣੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਪਿੰਡਾਂ 'ਚੋਂ ਆਏ ਪੰਚ, ਸਰਪੰਚ, ਨੰਬਰਦਾਰ ਸਾਹਿਬਾਨ, ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ, ਪ੍ਰੈਸ ਵਾਲੇ ਵੀਰ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਅਰਜ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰੋ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬਠਿੰਡੇ ਦੇ ਸਾਰੀ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਵਧਾਈ ਦਿੰਨਾ, ਜੀ ਆਇਆਂ ਕਹਿਣਾ। ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਸੁਨੇਹੇ ਤੇ ਉਹਨਾਂ ਦੇ ਵਿਚਾਰ ਸੁਣ ਲਈ ਵਹੀਰਾ ਕੱਤ ਕੇ ਆਏ ਹੈ, ਤੁਹਾਡਾ ਜਿੰਨਾ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ। ਮੈਂ ਇੱਥੋਂ ਬਾਅਦ
ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਬੋਲਣਾ, ਸਾਰਿਆਂ ਨੇ ਇੱਕ ਹੀ ਗੱਲ ਉਹਨਾਂ ਦੀ ਸੁਣ ਕੇ ਜਾਣੀ ਹੈ, ਉਹਨਾਂ ਦਾ ਸੁਨੇਹਾ ਲੈ ਕੇ ਜਾਣਾ ਹੈ। ਵੀਰੋ, ਆਪਾਂ ਨੂੰ ਰੈਲੀਆਂ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਕਿਉਂ ਪਈ? 10 ਸਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਥੱਲੇ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਸੀ, ਤੁਸੀਂ ਜੋ ਮੰਗਿਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ, ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਦੇ ਦਿੱਤਾ, ਬਲਕਿ ਜੋ ਨਹੀਂ ਵੀ ਮੰਗਿਆ ਉਹ ਵੀ ਦੇ ਦਿੱਤਾ ਤੁਹਾਨੂੰ। ਕੀ ਨਹੀਂ ਦਿੱਤਾ ਪੰਜਾਬ ਦੇ ਲੋਕਾਂ ਨੂੰ, ਕੀ ਨਹੀਂ ਦਿੱਤਾ ਬਠਿੰਡੇ ਦੇ ਲੋਕਾਂ ਨੂੰ? ਆਹ ਬਿਜਲੀ ਜੀ ਦੀਆਂ ਇਹ ਗੱਲਾਂ ਕਰਦੇ ਨੇ। ਬੜਾ ਬੁਰਾ ਹਾਲ ਸੀ ਪੰਜਾਬ ਦਾ, ਜਨਰੇਟਰ ਚੱਲਦੇ ਹੁੰਦੇ ਸੀ ਸ਼ਹਿਰਾਂ 'ਚ, ਆਪਾਂ ਭੁੱਲ ਜਾਂਦੇ ਹਾਂ, ਪਿੰਡਾਂ 'ਚ ਮਹਿੰਗਾ ਤੇਲ ਬਲਦਾ ਸੀ, ਪ੍ਰਦੂਸ਼ਣ ਫੈਲਦਾ ਸੀ, ਬਾਹਰਲੇ ਲੋਕ ਪੰਜਾਬ 'ਚ ਨਹੀਂ ਸੀ ਆਉਂਦੇ ਕਿ ਤੁਹਾਡੇ ਬਿਜਲੀ ਹੈ ਨਹੀਂ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਹਿ ਦਿੱਤਾ ਮੈਂ ਬਿਜਲੀ ਪੂਰੀ ਕਰ ਦੂੰਗਾ। ਕਹਿੰਦੇ ਝੂਠ ਬੋਲਦਾ ਇਹ ਕਿਵੇਂ ਹੋਜੂਗਾ, ਕਿਉਂਕਿ ਆਪ ਉਹਨਾਂ ਨੇ 70 ਸਾਲਾਂ 'ਚ ਕਦੇ ਕੀਤਾ ਹੀ ਕੁਝ ਨਹੀਂ ਸੀ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਿਜਲੀ ਪੂਰੀ ਕਰ ਦਿੱਤੀ। ਜੇ ਇੱਥੇ ਬਠਿੰਡੇ ਕਹਿਤਾ ਮੈਂ ਇਹੋ ਜਿਹੀਆਂ ਸੜਕਾਂ ਬਣਾ ਦੂੰਗਾ ਭਾਵੇਂ ਬੰਬ ਸਿੱਟ ਲਿਓ ਟੁੱਟਦੀਆਂ ਨਹੀਂ, ਕਹਿੰਦੇ ਝੂਠ ਬੋਲਦਾ ਇਹ ਕਿਵੇਂ ਹੋਜੂਗਾ। ਆ ਚੱਲਦੀਆਂ ਸਿੱਟ ਕੇ ਵੇਖ ਲਓ ਜਿਹਨੇ ਵੇਖਣਾ, ਕਾਂਗਰਸ ਕਿਉਂ ਆ ਚੱਲਦੀਆਂ ਨੇ। ਜੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਹਿਤਾ ਪਿੰਡਾਂ ਦੀ ਡਿਵੈਲਪਮੈਂਟ, ਚਾਹੇ ਬਠਿੰਡੇ ਦੀ, ਚਾਹੇ ਪੰਜਾਬ ਦੀ, ਚਾਹੇ ਸੜਕਾਂ ਸੀ, ਚਾਹੇ ਬਿਜਲੀ ਸੀ, ਚਾਹੇ ਪਿੰਡਾਂ ਤੇ ਸ਼ਹਿਰਾਂ ਦੀ ਡਿਵੈਲਪਮੈਂਟ ਸੀ, ਪਿੰਡਾਂ ਸੇਵਾ ਕੇਂਦਰ, ਸਕੂਲ, ਹਸਪਤਾਲ, ਗਲੀਆਂ ਨਾਲੀਆਂ, ਕੀ ਨਹੀਂ ਕੀਤਾ? ਜੇ ਮੈਂ ਲਿਸਟਾਂ ਪੜਾ 1 ਘੰਟਾ ਇਹਨਾਂ ਕੰਮਾਂ ਉੱਤੇ ਲੱਗ ਜਾਣਾ ਹੈ। ਤੇ ਫਿਰ ਕੀ ਤਕਲੀਫ ਆ ਗਈ ਪੰਜਾਬ ਦੇ ਲੋਕਾਂ ਨੂੰ? ਚੰਗੀ ਭਲੀ ਸਰਕਾਰ ਨੂੰ ਬਦਲ ਕੇ ਤੁਸੀਂ ਉਹਨਾਂ ਬੇਈਮਾਨ ਲੋਕਾਂ ਦੀ ਸਰਕਾਰ ਲੈ ਆਂਦੀ ਜਿਨ੍ਹਾਂ ਨੇ ਪੰਜਾਬ ਦਾ 60 ਸਾਲਾਂ 'ਚ ਕਦੇ ਕੱਖ ਭੰਨ ਕੇ ਦੂਰਾ ਨਹੀਂ ਸੀ ਕੀਤਾ, ਉਹਨਾਂ ਦੀ ਸਰਕਾਰ ਦੁਆਰਾ ਲੈ ਲਿਆਂਦੀ। ਪਤਾ ਨਹੀਂ ਤਾਂ ਤੁਸੀਂ ਸੁਸਤ ਹੋ ਗਏ, ਪਤਾ ਨਹੀਂ ਤੁਸੀਂ ਲਾਲਚ ਵਿੱਚ ਆ ਗਏ, ਪਤਾ ਨਹੀਂ ਉਹਨਾਂ ਨੇ ਭੁਲੇਖੇ ਇਹੋ ਜਿਹੇ ਪੈਦਾ ਕਰ ਦਿੱਤੇ ਕਿ ਅਕਾਲੀ ਤਾਂ ਕਿਸੇ ਸ਼ਾਇਦ ਵੱਡੀ ਗੱਲ ਦੇ ਦੋਸ਼ੀ ਨੇ, ਕਿਤੇ ਇਹਨਾਂ ਨੇ ਕੋਈ ਗਲਤ ਗੱਲ ਕਰ ਦਿੱਤੀ। ਵੀਰੋ, ਐਸੇ ਬਠਿੰਡੇ ਦੀ ਧਰਤੀ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਤਲਵੰਡੀ ਸਾਹਿਬ ਵੱਲ ਮੂੰਹ ਕਰਕੇ ਸੌਂ ਖਾਧੀ ਸੀ, ਸਾਰਾ ਕਰਜ਼ਾ ਸੁਸਾਇਟੀਆਂ ਦਾ, ਆੜ੍ਹਤੀਆਂ ਦਾ, ਬੈਂਕਾਂ ਦਾ। ਘਰ ਘਰ ਨੌਕਰੀ 51,000 ਸਗਨ, 2500 ਬੇਰੁਜ਼ਗਾਰੀ ਭੱਤਾ, 2000 ਪੈਨਸ਼ਨ। ਬਾਦਲ ਸਾਹਿਬ ਆਟਾ ਦਾਲ ਦਿੰਦੇ ਆ, ਮੈਂ ਖੰਡ ਕੇ ਉਹ ਚੀਨੀ ਸਾਰਾ ਕੁਝ ਦਿਆ ਕਰੂੰਗਾ। ਤੁਸੀਂ ਲਾਲਚ ਵਿੱਚ ਆ ਗਏ, ਬਾਦਲ ਸਾਹਿਬ ਨੇ ਬਹੁਤ ਕੁਛ ਦੇਤਾ, ਹੁਣ ਅਮਰਿੰਦਰ ਇਧਰੋਂ ਜ਼ਿਆਦਾ ਦਿੰਦਾ, ਹੁਣ ਇਧਰੋਂ ਲੈ ਲਈਏ। ਮਿਲ ਗਿਆ, ਮਿਲ ਗਿਆ ਸਾਰਾ ਕੁਛ। ਵੀਰੋ, ਘਰ ਘਰ ਨੌਕਰੀ ਕਿਸੇ ਨੇ ਸੋਚਿਆ ਹੀ ਨਹੀਂ। ਪੰਜਾਬ ਦੀ ਨੌਕਰੀ 5.5 ਲੱਖ ਹੈ ਸਾਰੀ ਸਰਕਾਰ ਦੀ, ਜੇ ਸਾਰਿਆਂ ਨੂੰ ਹਟਾ ਦਈਏ ਤਾਂ 5.5 ਲੱਖ ਮਿਲੇਗੀ, 55 ਲੱਖ ਨੌਕਰੀ ਕਿੱਥੇ ਮਿਲੇਗੀ? ਸਾਰਾ ਕਰਜ਼ਾ ਹੁਣ ਮੁੱਕਰ ਗਏ ਨੇ, ਚੱਕਤਾ ਝੁੱਗਾ ਕਹਿੰਦੇ ਨਹੀਂ ਦਿੰਦੇ, ਲਾ ਲਓ ਜ਼ੋਰ ਜਿਹੜਾ ਲਾਉਣਾ, ਹਰ ਚੀਜ਼ ਹੀ ਮੁੱਕਰ ਗਏ ਜਿਹੜਾ ਬਲਕਿ ਮਿਲਦਾ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਿੱਤਾ ਸੀ, ਚਾਹੇ ਆਟਾ ਦਾਲ ਸੀ, ਚਾਹੇ ਪੈਨਸ਼ਨ ਸੀ, ਚਾਹੇ ਸਗਨ ਸਕੀਮ ਸੀ, ਚਾਹੇ ਡਿਵੈਲਪਮੈਂਟ ਹੁੰਦੀ ਸੀ, ਉਹ ਵੀ ਸਾਰੀਆਂ ਚੀਜ਼ਾਂ ਰੋਕਤੀਆਂ। ਤੁਹਾਡੇ ਪੀਣ ਵਾਲੇ ਪਾਣੀ ਦੇ ਆਰੋ ਬੰਦ ਕਰਤੇ, ਤੁਹਾਡੇ ਪਿੰਡਾਂ ਸੇਵਾ ਕੇਂਦਰ ਬੰਦ ਕਰਤੇ, ਸਕੂਲ ਬੰਦ ਕਰਤੇ, ਹਸਪਤਾਲ ਬੰਦ ਕਰਤੇ। 3 ਸਾਲ ਹੋ ਗਏ, ਇੱਟ ਨਹੀਂ ਲੱਗਦੀ ਪੰਜਾਬ 'ਚ, ਨਾ ਪਿੰਡਾਂ 'ਚ, ਨਾ ਸ਼ਹਿਰਾਂ 'ਚ ਕਿਤੇ। ਹੁਣ ਪਤਾ ਲੱਗਿਆ ਕਿ ਹਾਲਤ ਕਰਤੀ ਕਾਂਗਰਸ ਪਾਰਟੀ ਨੇ। ਇੱਕ ਸੀ ਕਿ ਮੈਂ ਨਸ਼ਾ 4 ਹਫ਼ਤਿਆਂ 'ਚ ਖਤਮ ਕਰ ਦੂੰਗਾ, ਹੁਣ ਮੁੱਕਰੀ ਜਾਂਦਾ, ਖਤਮ ਕਰਤਾ। ਆ ਅਸੀਂ ਤਾਂ ਜਾਣਦੇ ਹੀ ਨਹੀਂ ਸੀ ਬਠਿੰਡੇ ਵਾਲੇ ਪਾਸੇ ਵੀ ਚਿੱਟਾ ਕੀ ਹੁੰਦਾ, ਜਦੋਂ ਦੀ ਕਾਂਗਰਸ ਆ ਗਈ ਚਿੱਟਾ ਵੀ ਲਿਆ ਹੀ ਨਾਲ ਹੀ। ਹੁਣ ਚਿੱਟਾ ਘਰ ਘਰ ਕਾਂਗਰਸੀ, ਕਿਸੇ ਨੂੰ ਕਹਿ ਦਿਓ ਘਰੇ ਹੀ ਪਹੁੰਚਾ ਦਿੰਦੇ ਨੇ। ਹਰਿਆਣੇ ਦੀ ਸ਼ਰਾਬ ਘਰ ਘਰ ਡਿਲੀਵਰੀ ਚੜਦੀ ਹੈ, ਕਹਿੰਦੇ ਖਜ਼ਾਨਾ ਨਹੀਂ ਭਰਦਾ, ਖਜ਼ਾਨਾ ਕਾਹਦੇ ਨਾਲ ਭਰ ਜੇ? ਸਾਰਾ ਕੰਮ ਤਾਂ ਕਾਂਗਰਸੀ ਲੁੱਟੀ ਜਾਂਦੇ ਨੇ, ਬੱਜਰੀ ਰੇਤਾ ਵੇਚੀ ਜਾਂਦੇ ਨੇ, ਚਿੱਟਾ ਵੇਚੀ ਜਾਂਦੇ ਨੇ, ਹਰਿਆਣੇ ਦੀ ਸ਼ਰਾਬ ਵੇਚੀ ਜਾਂਦੇ ਨੇ। ਕੱਲਾ ਠੇਕਿਆਂ ਦੇ ਉੱਤੋਂ, ਸ਼ਰਾਬ ਦੇ ਉੱਤੋਂ 1200 ਕਰੋੜ ਰੁਪਇਆ ਹਰ ਸਾਲ ਦਾ ਕਾਂਗਰਸੀ ਖਾ ਰਹੇ ਨੇ, ਤੇ ਉਹ 1200 ਕਰੋੜ ਜੇ ਖਜ਼ਾਨੇ 'ਚ ਆਉਂਦਾ ਤੁਹਾਡੇ ਇੱਕ ਇੱਕ ਹਲਕੇ ਨੂੰ 12-12 ਕਰੋੜ ਆ ਸਕਦਾ ਸੀ, ਪਰ ਉਹ ਕਾਂਗਰਸੀ ਖਾ ਗਏ ਇਕੱਲੇ। ਚਲੋ ਵੀਰੋ, ਆਪਾਂ ਭੁੱਲ ਜਾਂਦੇ ਹਾਂ ਜੋ ਕਾਮੀ ਅਕਾਲੀ ਦਲ ਦੀ ਸਰਕਾਰ ਜੋ ਹਾਲਤ ਹੋਈ ਹੈ। ਤੁਸੀਂ ਸਾਡੇ ਉੱਤੇ ਇੱਕ ਗੱਲ ਦਾ ਦੋਸ਼ ਸਮਝ ਲਿਆ
ਕਿ ਜੀ ਗੁੱਟ ਬੇਅਦਬੀ ਹੋ ਗਈ, ਬੇਅਦਬੀ ਹੋ ਗਈ, ਬੇਅਦਬੀ ਹੋ ਗਈ, ਕਿਸੇ ਦੀ ਗੱਲ ਹੀ ਨਹੀਂ ਸੁਣੀ, ਕੋਈ ਪੜਤਾਲ ਹੀ ਨਹੀਂ ਕੀਤੀ, ਇੱਕੋ ਹੀ ਹਵਾ ਫੇਰਤੀ ਸਾਰੇ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇਵਤਾ ਇਨਸਾਨ, ਜਿਨ੍ਹਾਂ ਦੇ ਸਾਰੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਨੇ, ਚਾਹੇ ਦਿੱਲੀ ਹੋਵੇ, ਚਾਹੇ ਚੰਡੀਗੜ੍ਹ ਹੋਵੇ, ਚਾਹੇ ਬਾਦਲ ਹੋਵੇ, ਇਹ ਬੰਦੇ ਸੋਚ ਸਕਦੇ ਨੇ ਕਦੇ? ਬੇਅਦਬੀਆਂ ਕਰਨ ਵਾਲੇ ਵੀ ਇਹੀ ਨੇ, ਹੁਣ ਤਾਂ ਕਹਿਣ ਲੱਗ ਗਏ ਦਾਦੂਵਾਲ ਵਰਗੇ, ਪੰਥ ਪ੍ਰੀਤ ਜ਼ਿੰਮੇਵਾਰ ਹੈ, ਢੱਡਰੀਆਂ ਵਾਲਾ ਜ਼ਿੰਮੇਵਾਰ ਹੈ, ਬੰਦੇ ਮਰਵਾਉਣ ਚ ਵੀ ਇਹ ਜ਼ਿੰਮੇਵਾਰ ਹੈ, ਕਹਿਣ ਲੱਗ ਗਏ। ਬਾਈਬਲ ਕਲਾ ਦੀ ਕਹਾਣੀ ਬਰਾੜ ਸਾਹਿਬ ਦੱਸ ਗਏ ਕਿ ਕਿਵੇਂ ਗਵਾਹਾਂ ਨੂੰ ਮੁਕਰਾ ਰਹੇ ਹੈ। ਇੱਕ ਪਾਸੇ ਤਾਂ ਕਹਿੰਦੇ ਨਾ ਸਿੱਟ ਬਣਾ ਕੇ ਅਸੀਂ ਬੰਦੇ ਅੰਦਰ ਦੇਵਾਂਗੇ, ਦੂਜੇ ਪਾਸੇ ਗਵਾਹਾਂ ਨੂੰ ਮੁਕਰਾ ਰਹੇ ਹੈ ਗੁਰਪ੍ਰੀਤ ਕਾਂਗੜ ਤੇ ਕਿੱਕੀ ਢਿੱਲੋਂ। ਉਹਦਾ ਇੱਕ ਕ੍ਰਿਸ਼ਨ ਭਗਵਾਨ ਸਿੰਘ ਜਿਹੜਾ ਸ਼ਹੀਦ ਹੋਇਆ ਬੰਦਾ, ਉਹਦਾ ਭਰਾ ਵੀ ਬੋਲ ਗਿਆ ਮੈਨੂੰ ਵੀ ਕਾਂਗਰਸੀਆਂ ਤੋਂ ਖਤਰਾ ਹੈ ਜਾਨ ਦਾ, ਮੇਰੇ ਤੇ ਵੀ ਦਬਾਅ ਪਾ ਰਹੇ ਹੈ ਕਿ ਤੂੰ ਗਵਾਹੀ ਨਾ ਦੇ, ਤੇ ਫਿਰ ਦੋਸ਼ੀ ਕੌਣ ਹੋਇਆ? ਦੋਸ਼ੀ ਇਹੀ ਹੋਏ ਨਾ ਸਾਰੇ। ਅੱਜ ਲੁੱਟ ਮੱਚੀ ਆ ਪੰਜਾਬ ਦੇ ਵਿੱਚ, ਹਾਹਾਕਾਰ ਮੱਚੀ ਆ ਪੰਜਾਬ ਦੇ ਵਿੱਚ, ਪੈਸੇ ਬਿਨਾਂ ਕੋਈ ਕੰਮ ਨਹੀਂ ਹੁੰਦਾ, ਲੁੱਟਾ ਖੋਹਾਂ ਦਿਨ ਦਿਹਾੜੇ ਡਾਕੇ ਪੈ ਰਹੇ ਨੇ, ਕੋਈ ਪੁੱਛਣ ਵਾਲਾ ਨਹੀਂ, ਇਹ ਹਾਲਤ ਆ ਪੰਜਾਬ ਦੀ, ਇਹ ਹਾਲਤ ਕਰ ਦਿੱਤੀ ਪੰਜਾਬ ਦੀ। ਕਾਂਗਰਸ ਪਾਰਟੀ ਦੀ ਮੀਟਿੰਗ ਦੇ ਵਿੱਚ 10 ਕੁ ਦਿਨ ਹੋ ਗਏ, 80 MLA ਬੈਠੇ ਸੀ, ਕਾਂਗਰਸ ਦਾ ਪ੍ਰਧਾਨ ਬੈਠਾ ਸੀ, ਮੁੱਖ ਮੰਤਰੀ ਬੈਠੇ ਸੀ, 10 MLA ਨੇ ਦੋਸ਼ ਲਾਇਆ ਮਾਲ ਮੰਤਰੀ ਪੈਸੇ ਲੈ ਕੇ ਤਹਿਸੀਲਦਾਰ ਲਾਉਂਦਾ, ਸਾਥੋਂ ਚਿੱਠੀਆਂ ਮੰਗਾ ਲੈਂਦਾ, ਮੁੜ ਕੇ ਉਹਨਾਂ ਨੂੰ ਕਹਿੰਦਾ ਪੈਸੇ ਦੇ ਦਿਓ, ਤਹਿਸੀਲਦਾਰ ਸਾਨੂੰ ਜਾ ਕੇ ਕਹਿੰਦੇ ਆ ਤੁਹਾਡੀ ਚਿੱਠੀ ਨਾ ਨਹੀਂ ਲੱਗੇ, 30 ਲੱਖ ਦੇ ਕੇ ਲੱਗੇ ਹੈ, ਹੁਣ ਪੈਸੇ ਤਾਂ ਲੋਕਾਂ ਤੋਂ ਲਵਾਂਗੇ। ਆਹ ਹਾਲਤ ਹੈ, ਜਿਸ ਮੁੱਖ ਮੰਤਰੀ ਦੀ ਹਾਜ਼ਰੀ ਚ ਕਾਂਗਰਸ ਦੇ MLA ਦੋਸ਼ ਲਾ ਦੇਣ ਕਿ ਇੰਨੇ ਰੁਪਈਏ ਲੈਂਦਾ ਤੁਹਾਡਾ ਮਾਲ ਮੰਤਰੀ, ਤੇ ਮੁੱਖ ਮੰਤਰੀ ਚੁੱਪ ਕਰਕੇ ਬੈਠਾ ਰਵੇ, ਦਾਲ ਚ ਕਾਲਾ ਕਾਲਾ ਹੈ। ਬਠਿੰਡੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਹੋਈ, ਰੌਲਾ ਪਿਆ, ਇੱਕ ਪਾਸੇ 5 ਮੈਂਬਰ, ਇੱਕ ਪਾਸੇ 20 ਮੈਂਬਰ, 5 ਮੈਂਬਰਾਂ ਵਾਲਾ ਧੱਕੇ ਨਾਲ ਬਣਾਇਆ ਗਿਆ। ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੇ ਦੋਸ਼ ਲਾਏ 50 ਲੱਖ ਰੁਪਇਆ ਲਿਆ ਗਿਆ, ਕਾਂਗਰਸੀਆਂ ਨੇ ਲਾਏ, ਅਸੀਂ ਨਹੀਂ ਲਾਏ। ਕਾਂਗਰਸ ਪ੍ਰਧਾਨ ਨੂੰ ਕਿਹਾ, ਇੱਕ ਮੈਂਬਰ ਮਰ ਗਿਆ, ਆਤਮ ਹੱਤਿਆ ਕਰ ਗਿਆ ਜ਼ਿਲ੍ਹਾ ਪ੍ਰੀਸ਼ਦ ਦਾ, ਗਿੱਲ ਕਲਾਂ ਦਾ ਜੁਗਰਾਜ ਸਿੰਘ, ਉਹਦੇ ਘਰ ਵਾਲੀ ਨੇ ਜਾਖੜ ਨੂੰ ਕਿਹਾ ਸਾਥੋਂ ਪੈਸੇ ਵੀ ਲੈ ਲਏ, ਸਾਡਾ ਬੰਦਾ ਚੇਅਰਮੈਨ ਵੀ ਨਹੀਂ ਬਣਾਇਆ, ਸਾਡਾ ਬੰਦਾ ਸਦਮੇ ਚ ਖੁਦਕੁਸ਼ੀ ਕਰ ਗਿਆ। ਫਿਰ ਜਾਖੜ ਕੀ ਕਰਦਾ ਫਿਰਦਾ? ਜਿੱਥੇ ਇੰਨੇ ਦੋਸ਼ ਉੱਪਰ ਲੱਗ ਜਾਣ ਫਿਰ ਗੱਲ ਕੀ ਹੈ? ਦੱਸ ਗਏ ਨੇ ਇੱਥੇ ਬਰਾੜ ਸਾਹਿਬ ਨਸ਼ੇ ਦੀਆਂ ਗੋਲੀਆਂ ਦਾ 200 ਕਰੋੜ ਦਾ ਸਕੈਂਡਲ ਹੋ ਗਿਆ, ਗੋਲੀਆਂ ਹੀ ਗਾਇਬ ਕਰ ਗਏ ਨਸ਼ੇ ਦੀਆਂ ਕਿਸੇ ਪਾਸੇ। ਇਹ ਹਾਲਤ ਆ ਅੱਜ ਪੰਜਾਬ, ਲੁੱਟਣ ਤੇ ਲੱਗੇ ਪਏ ਨੇ ਦੋਨੇ ਹੱਥੀ, ਲੁੱਟਣ ਤੇ ਲੱਗੇ ਪਏ ਨੇ, ਕੋਈ ਪੰਜਾਬ ਚ ਕੰਮ ਨਹੀਂ ਹੋ ਰਿਹਾ। ਸਾਰੇ ਪੰਜਾਬ ਚ ਅੱਜ ਬਠਿੰਡੇ ਜ਼ਿਲ੍ਹੇ ਚ ਹੋ ਕੇ ਦਿੱਤੇ ਪਿੰਡਾਂ ਚ ਤੁਹਾਡੇ ਨੀਲੇ ਕਾਰਡ ਬਣਾਵਾਂਗੇ, ਤੁਹਾਡੀਆਂ ਪੈਨਸ਼ਨਾਂ ਲਾਵਾਂਗੇ, ਕਿਤੇ ਨਾ ਜਾਇਓ। ਤੇ ਨੀਲੇ ਕਾਰਡ ਕੱਟੇ ਕੀ ਨੇ? ਹੈ ਇੱਕ ਪਿੰਡ ਚੋਂ 300-300, 500-500, 1000-1000 ਕਾਰਡ ਕੱਟਤਾ ਨੀਲਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰੋਟੀ ਦਿੱਤੀ ਸੀ ਗਰੀਬ ਲੋਕਾਂ ਨੂੰ, 2 ਰੁਪਏ ਕਣਕ, 20 ਰੁਪਏ ਦਾਲ, ਦਾਲ ਪਹਿਲਾਂ ਬੰਦ ਕਰਤੀ, 2 ਰੁਪਏ ਵਾਲੀ ਕਣਕ ਜਿਹੜੀ ਦਿੱਲੀਓਂ ਆਉਂਦੀ ਹੈ ਮੋਦੀ ਸਾਹਿਬ ਦਿੰਦੇ ਆ, ਉਹ ਵੀ 3 ਮਹੀਨੇ ਮਿਲੀ ਨਹੀਂ, ਹੁਣ 1000 ਕਾਰਡ ਕੱਟ ਦਿੱਤਾ ਗਿਆ। ਮੈਂ DC ਬਠਿੰਡੇ ਨੂੰ ਕਹਿਣਾ ਤੁਹਾਡੀ ਡਿਊਟੀ ਹੈ, ਗਰੀਬ ਲੋਕਾਂ ਦੇ ਕਾਂਗਰਸੀਆਂ ਨੇ ਕੱਟਤੇ ਕਾਰਡ, ਜਾਣ ਬੁੱਝ ਕੇ ਕੱਟੇ ਆ, ਬਹਾਲ ਕਰ ਦਿਓ, ਨਹੀਂ ਅਸੀਂ ਜ਼ਿਲ੍ਹਾ ਬਠਿੰਡਾ ਦੀਆਂ ਕਚਹਿਰੀਆਂ ਚ ਘਿਰਾਓ ਕਰਾਂਗੇ ਉਹਨਾਂ ਲੋਕਾਂ ਨੂੰ ਲੈ ਕੇ। ਜਿੰਨਾ ਚਿਰ ਉਹ ਕਾਰਡ ਬਹਾਲ ਨਹੀਂ ਹੋ ਜਾਣਗੇ ਤੁਹਾਡਾ ਖਹਿੜਾ ਨਹੀਂ ਛੱਡਾਂਗੇ। ਸਾਡੇ ਪਿੰਡ ਤੜਕੇ ਕਾਂਗਰਸੀ ਨੇ ਹੋਕਾ ਦਿੱਤਾ, ਆਓ ਮੇਰੇ ਘਰੇ ਕਾਂਗਰਸ ਦੀ ਮੈਂਬਰਸ਼ਿਪ ਭਰੋ, ਤੁਹਾਡੇ ਕਾਰਡ ਬਣਾ ਦਿਆਂਗੇ। ਲਾਣਤ ਇਹੋ ਜਿਹੇ ਕਾਂਗਰਸ ਪਾਰਟੀ ਦੇ ਬੰਦਿਆਂ ਨੂੰ ਜਿਹੜਾ ਕਾਂਗਰਸ ਪਾਰਟੀ ਦਾ ਮੈਂਬਰ ਬਣਾ ਕੇ ਕਾਰਡ ਬਣਾਉਂਦਾ। ਬੈਠੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਕਦੇ ਨਹੀਂ ਸੀ ਕਿਸੇ ਨੇ ਪੁੱਛਿਆ ਕਿ ਅਕਾਲੀ ਕਾਂਗਰਸ ਕਾਰਡ ਬਣਾਈ ਜਾਂਦਾ, ਕਾਂਗਰਸੀ ਬਣਾਈ ਜਾਂਦਾ, ਆਪ ਵਾਲਾ ਬਣਾਈ ਜਾਂਦਾ, ਜੇ ਕੌਣ ਬਣਾਈ ਜਾਂਦਾ। ਸੋ ਵੀਰੋ ਸੋਚਿਆ ਕਰੋ ਇਹੋ ਜਿਹੀਆਂ ਗੱਲਾਂ, ਪਿਨਸ਼ਨਾਂ ਕੱਟਤੀਆਂ, ਕਾਰਡ ਕੱਟਤੇ, RO ਬੰਦ ਕਰਤੇ, ਸੇਵਾ ਕੇਂਦਰ ਬੰਦ ਕਰਤੇ, ਸਕੂਲ ਬੰਦ ਕਰਤੇ, ਇਹ ਕੋਈ ਸਰਕਾਰ ਹੈ? ਨਸ਼ਾ ਆਮੋ ਆਮ ਹੈ, ਸ਼ਰਾਬ ਹਰਿਆਣੇ ਦੀ ਆਮੋ ਆਮ ਹੈ। ਸਭ ਤੋਂ ਭਾਈ ਘਨੱਈਆ ਸਕੀਮ ਜਿਹੜੀ ਬਾਦਲ ਸਾਹਿਬ ਦੇ ਚਲਾਈ ਸੀ, 1,70,000 ਲੋਕਾਂ ਤੋਂ ਪੈਸੇ ਭਰਾ ਲਏ, 1,700-1,700 ਰੁਪਇਆ, ਕੌਂਪਣੀ ਭੱਜ ਗਈ ਸਾਰੀ, ਕੌਂਪਣੀ ਭੱਜ ਗਈ, ਇਹਨਾਂ ਦੀ ਹੋਊਗੀ ਨਾ ਕੌਂਪਣੀ ਸਾਰੀ, ਕੌਂਪਣੀ ਭੱਜ ਗਈ। ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਗਰੀਬ ਕਿਸਾਨਾਂ ਦਾ, ਮਜ਼ਦੂਰਾਂ ਦਾ, ਜਿਹਨਾਂ ਤੇ 1,700-1,700 ਭਰਾ ਲਿਆ, ਕੌਂਪਣੀ ਭੱਜ ਗਈ, ਹੁਣ ਤੁਸੀਂ ਪੱਲਾ ਨਹੀਂ ਫੜਾਉਂਦੇ ਵੀਰੋ।
ਮੈਂ ਬੇਨਤੀ ਕਰਦਾ ਅਫਸਰ ਸਾਹਿਬਾਨ ਨੂੰ, ਸਮਾਂ ਬਦਲਦਾ ਰਹਿੰਦਾ, ਬੜੀ ਛੇਤੀ ਬਦਲ ਜਾਣਾ ਹੈ, ਬੜੀ ਤੇਜ਼ੀ ਬਦਲ ਜਾਣਾ। ਬਠਿੰਡੇ ਦੇ ਲੋਕ ਅੱਜ ਬਦਲਾਅ ਦੀ ਹਵਾ ਵਿੱਚ ਆਏ ਨੇ, ਕਾਂਗਰਸ ਦੇ ਤੰਗ ਕੀਤੇ ਹੋਏ ਆਏ ਨੇ, ਕਾਂਗਰਸ ਦੀਆਂ ਜਿਹੜੀਆਂ ਵਧੀਕੀਆਂ ਨੇ ਉਹਨਾਂ ਨੂੰ ਆਏ ਨੇ। ਝੂਠੇ ਪਰਚੇ ਤੁਸੀਂ ਹਨੇਰੀ ਲਿਆ ਛੱਡੀ ਆ, ਝੂਠੇ ਪਰਚਿਆਂ ਦੀ ਬੰਦ ਕਰ ਦਿਓ ਝੂਠੇ ਪਰਚੇ। ਕਾਂਗਰਸੀ ਕਹਿੰਦੇ ਆ, ਕਹਿਣ ਦਿਓ। ਮੈਂ ਅਫਸਰਾਂ ਨੂੰ ਕਹਿਣਾ, SHO ਨੂੰ ਕਹਿਣਾ, DSP ਨੂੰ ਕਹਿਣਾ, SSP ਨੂੰ ਕਹਿਣਾ, ਤੁਸੀਂ ਧਰਮ ਦੀ ਸਹੁੰ ਖਾਧੀ ਹੈ, ਇਨਸਾਫ ਦੀ ਸਹੁੰ ਖਾਧੀ ਹੈ, ਅਸੀਂ ਗਲਤ ਕੰਮ ਨਹੀਂ ਕਰਾਂਗੇ। ਤੁਸੀਂ ਝੂਠੇ ਪਰਚੇ ਦੇਈ ਜਾਂਦੇ ਹੈ, ਸਾਡੇ ਕਿਸੇ ਅਕਾਲੀ ਦਲ ਦੇ ਵਰਕਰ ਦਾ ਕਸੂਰ ਹੈ, ਦੇ ਦਿਓ ਪਰਚਾ। ਤੁਸੀਂ ਪਤਾ ਹੀ ਨਹੀਂ ਹੁੰਦਾ ਉਹਦੇ ਪ੍ਰੇਸਤਿਆਂ ਨੂੰ, 307, 26 ਪਤਾ ਨਹੀਂ ਕਿੰਨੇ ਕਿੰਨੀਆਂ ਧਾਰਾਂ ਲਾ ਕੇ ਤੁਸੀਂ ਪਰਚੇ ਦੇ ਰਹੇ ਹੈ। ਸਾਡੀ ਗੱਲ ਯਾਦ ਰੱਖ ਲਿਓ, ਅੱਗੇ ਵਾਲੀ ਗੱਲ ਨਹੀਂ ਹੋਣੀ, ਅਸੀਂ ਕਿਸੇ ਦੇ ਖਿਲਾਫ ਨਹੀਂ, ਅਸੀਂ ਸਾਰੇ ਅਫਸਰਾਂ ਦਾ ਸਤਿਕਾਰ ਕਰਦੇ ਹਾਂ, ਪਰ ਜਿਹੜੇ ਅਫਸਰ ਪੈਸਿਆਂ ਦੇ ਲਾਲਚ ਚ ਆ ਕੇ ਜਾਂ ਕਾਂਗਰਸ ਦੇ ਦਬਾਅ ਚ ਆ ਕੇ ਝੂਠੇ ਪਰਚੇ ਦੇਣਗੇ, ਉਹਨਾਂ ਅਫਸਰਾਂ ਨੂੰ ਐਰਕੀ ਬਖਸ਼ਿਆ ਨਹੀਂ ਜਾਏਗਾ, ਐਰਕੀ ਨਹੀਂ ਬਖਸ਼ਿਆ ਜਾਏਗਾ, ਉਹਨਾਂ ਅਫਸਰਾਂ ਨੂੰ ਦੇਣੀ ਪਊਗੀ। ਇਹ ਗੱਲ ਮੇਰੀ ਗੱਲ ਯਾਦ ਰੱਖ ਲਿਓ, ਭੁਲੇਖੇ ਚ ਨਾ ਰਿਹਾ, ਉਧਰੋਂ ਅਕਾਲੀ ਫੜ ਲਿਆ, ਉਧਰੋਂ ਅਕਾਲੀ ਫੜ ਲਿਆ, ਅੱਗੇ ਵੱਜ ਜਾਂਦੇ ਸੀ, ਇੱਥੋਂ ਵਾਲਾ ਫਿਰੋਜ਼ਪੁਰ ਭੱਜ ਗਿਆ, ਫਿਰੋਜ਼ਪੁਰ ਵਾਲਾ ਇੱਥੇ ਭੱਜਿਆ। ਐਰਕੀ ਇਹ ਗੱਲ ਨਹੀਂ ਹੋਣ ਦੇਣੀ। ਫੈਸਲਾ ਕੀਤਾ ਪਾਰਟੀ ਪ੍ਰਧਾਨ ਨੇ, ਕਮਿਸ਼ਨ ਬਣਾ ਕੇ, ਕਮੇਟੀ ਬਣਾ ਕੇ 2-3 ਮਹੀਨਿਆਂ ਚ ਇਹ ਫੈਸਲਾ ਕਰ ਦਿੱਤਾ ਜਾਊਗਾ। ਜਿਹੜੇ ਪੁਲਿਸ ਵਾਲੇ ਨੇ ਆਤ ਚੱਕੀ ਹੋਊਗੀ, ਝੂਠੇ ਪਰਚੇ ਦਿੱਤੇ ਜਾਣਗੇ, ਉਸੇ ਥਾਣੇ ਦੀ ਜੇਲ੍ਹ ਦੇ ਵਿੱਚ ਉਹਨੂੰ ਅੰਦਰ ਦਿੱਤਾ ਜਾਊਗਾ, ਇਹ ਫੈਸਲਾ ਲਾਗੂ ਹੋਏਗਾ। ਥੋੜੇ ਜਿਹੇ ਦਿਨ ਹੋ ਗਏ, ਪਰਸੋਂ ਚੌਥੇ ਦੀ ਗੱਲ ਹੈ, ਸਾਡੇ ਇੱਕ ਜ਼ਮੀਨ, ਕੋਈ 2 ਕਨਾਲਾ ਜ਼ਮੀਨ ਹੈ ਕਿਸੇ ਦੀ, SHO ਬੋਲਦਾ ਦਿਆਲਪੁਰ ਭਗਤੇ ਭਾਈ ਕੇ ਦਾ, ਜਾਂ ਤਾਂ ਇਹ ਜ਼ਮੀਨ ਲਓ ਮੁੱਲ ਜਿੰਨੇ ਦੀ ਮੈਂ ਕਹਿੰਦਾ, ਨਹੀਂ ਮੈਂ ਤੁਹਾਡੇ ਤੇ ਪਰਚਾ ਦੇਊਂਗਾ। ਵੀ ਦੱਸੋ ਮੱਲੋ ਮੱਲੀ ਜ਼ਮੀਨ ਦੇਣੀ ਅਗਲੇ ਕੋਲ, ਨਹੀਂ ਪੈਸੇ ਨਹੀਂ ਲੈਂਦਾ, ਮੈਂ ਘੂਰਿਆ ਵੀ ਮੰਨਿਆ ਵੀ, ਪਰ ਪਰਚਾ ਅਗਲੇ ਦਿਨ ਫੇਰ ਦੇਤਾ, ਇੱਕ ਬੰਦੇ ਤੇ ਨੀ 5 ਵਰਕਰਾਂ ਤੇ ਦੇਤਾ ਅਕਾਲੀ ਦਲ ਤੇ। ਮੈਂ SSP ਨੂੰ ਵੀ ਦੱਸਿਆ, ਮੈਨੂੰ ਕਿਹਾ ਇਨਸਾਫ ਦੋਨੇ ਆ, ਪਰ ਪਰਚਾ ਫੇਰ ਵੀ ਹੋ ਗਿਆ। ਕਾਹਦੀਆਂ ਗੱਲਾਂ ਨੇ, ਮੱਲੋ ਮੱਲੀ ਸੌਦੇ ਕਰਾਉਂਦੇ ਨੇ SHO, ਇਹ ਜਿਹੀਆਂ ਕਰਤੂਤਾਂ ਕਰਨੀਆਂ। SHO ਸਾਹਿਬ, ਡਿਪਟੀ ਸਾਹਿਬ, ਬੰਦ ਕਰ ਦਿਓ, ਔਖਾ ਹੋਏਗਾ, ਅਕਾਲੀ ਵਰਕਰ ਝੱਲ ਲੈਣਗੇ ਸਾਡੇ, ਤੁਹਾਡੇ ਤੋਂ ਪੁਲਿਸ ਵਾਲਿਆਂ ਤੋਂ ਝੱਲਿਆ ਨਹੀਂ ਜਾਣਾ ਇਹ ਕੰਮ, ਤੁਹਾਡੇ ਚ ਇੰਨੀ ਤਾਕਤ ਨਹੀਂ ਹੁੰਦੀ, ਤੁਸੀਂ ਇੰਨੇ ਤਕੜੇ ਨਹੀਂ ਹੁੰਦੇ, ਫਿਰ ਸਾਡੀ ਝਾਲ ਝੱਲ ਲਓਗੇ ਤੁਸੀਂ, ਥੋਥੋਂ ਨਹੀਂ ਝੱਲਿਆ ਜਾਣਾ ਇਹ। ਨਾ ਨਾ ਉਹਨਾਂ ਕਾਂਗਰਸੀਆਂ ਨੇ ਤੁਹਾਡੀ ਮਦਦ ਕਰਨੀ ਹੈ, ਤੁਹਾਨੂੰ ਮਿਲਣ ਵੀ ਨਹੀਂ ਆਉਣਾ ਉਹਨਾਂ ਕਾਂਗਰਸੀਆਂ ਨੇ, ਤੁਹਾਨੂੰ ਪੁੱਛਣ ਵੀ ਨਹੀਂ ਆਉਣਾ ਵੀ ਜਿਉਂਦੇ ਆ ਕਿ ਮਰ ਗਏ। ਇਸ ਕਰਕੇ ਨਾ ਕਰੋ ਗਲਤ ਕੰਮ ਵੀਰੋ। ਦੂਜੇ ਅਸੀਂ ਕਹਿੰਦੇ ਸੀ ਆ ਜਿਹੜੀਆਂ ਸਾਰੀਆਂ ਫੌਜਾਂ ਫਿਰਦੀਆਂ ਨੇ, ਮੈਂ ਨਾਂ ਨਹੀਂ ਲੈਂਦਾ, ਨਾ ਟੋਪੀਆਂ ਵਾਲਿਆਂ ਦੀ ਤਾਂ ਲੋੜ ਹੀ ਨਹੀਂ ਗੱਲ ਕਰਨ ਦੀ, ਇਹ ਤਾਂ ਇਕਾਣ ਦੀ ਬਿਮਾਰੀ ਸੀ, ਆਈ ਤੇ ਨਾਂਗੀ, ਇਹਦੀ ਗੱਲ ਹੀ ਨਹੀਂ ਛੇੜਨ ਦੀ ਲੋੜ, ਇਹ ਖਤਮ ਕਹਾਣੀ ਹੈ। ਆ ਇੱਕ ਵਿੱਚੋਂ ਕੋਈ ਸਾਡੇ ਭੱਜ ਗਿਆ, ਕੋਈ ਉਧਰੋਂ ਹੋ ਗਿਆ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਜਾਂ ਬਾਦਲ ਸਾਹਿਬ ਨੇ ਕਹਿ ਦਿੱਤਾ ਵੀ ਕਾਂਗਰਸ ਦੇ ਇਸ਼ਾਰੇ ਤੇ ਹੋ ਰਿਹਾ, ਕਹਿੰਦੇ ਜੀ ਸਾਡੇ ਤੇ ਦੋਸ਼ ਲਾਉਂਦੇ ਆ, ਅਸੀਂ ਨੀ ਕਾਂਗਰਸ ਨਾਲ ਰਲੇ। ਆਪ ਵਾਲੇ ਤੇ ਕਾਂਗਰਸ ਤਾਂ ਰਲੇ ਵੀ ਹੈ, ਉਹ ਤਾਂ ਦਿੱਲੀ ਸਾਬਤ ਹੋ ਗਿਆ, ਪਰ ਪੰਜਾਬ ਚ ਵੀ ਰਵਿੰਦਰ ਸਿੰਘ ਬੋਲ ਗਿਆ, ਅਸੀਂ ਸ਼੍ਰੋਮਣੀ ਕਮੇਟੀ ਚ ਕੈਪਟਨ ਅਮਰਿੰਦਰ ਸਿੰਘ ਤੋਂ ਮਦਦ ਲਵਾਂਗੇ। ਢੀਂਡਸਾ ਸਾਹਿਬ ਬੋਲ ਗਏ, ਅਸੀਂ ਸ਼੍ਰੋਮਣੀ ਕਮੇਟੀ ਚ ਕੈਪਟਨ ਸਾਹਿਬ ਤੋਂ ਮਦਦ ਲਵਾਂਗੇ, ਤੇ ਫਿਰ ਕਾਂਗਰਸ ਦੀ ਜਾਰੀ ਚ ਸ਼ੱਕ ਕੀ ਰਹਿ ਗਿਆ ਤੁਹਾਡਾ, ਕਿੱਥੇ ਸ਼ੱਕ ਰਹਿ ਗਿਆ ਫਿਰ ਕਾਂਗਰਸ ਦੀ ਜਾਰੀ ਚ, ਕਿਉਂ ਫਿਰਦੇ ਆ ਤਾਲੋ ਬੇਤਾਲ ਹੋਏ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਨੂੰ ਕੀ ਨਹੀਂ ਦਿੱਤਾ, ਕੀ ਨਹੀਂ ਤੁਹਾਡੇ ਆਖੇ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ, ਕਿਉਂ ਤਾਲੋ ਬੇਤਾਲ ਹੋਏ ਫਿਰਦੇ ਆ ਆ। ਪਰ ਹੁਣ ਜ਼ੋਰ ਲਾ ਲਿਓ, ਟਕਸਾਲੀਓ ਜ਼ੋਰ ਲਾ ਲਿਓ, ਹੋਰ ਜਿਹਨੇ ਲਾਉਣਾ ਹੈ, ਲੋਕਾਂ ਦਾ ਹੜ ਬਣ ਗਿਆ, ਲੋਕ ਕਾਫਲੇ ਬਣ ਕੇ ਚੱਲ ਪਏ ਨੇ, ਇਹ ਲੋਕ ਉਹਨਾਂ ਚਿਰ ਟਿਕਣਗੇ ਨਹੀਂ ਜਿੰਨਾ ਚਿਰ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਜਾਂਦਾ, ਇਹ ਲੋਕ ਟਿਕਣਗੇ ਨਹੀਂ ਉਹਨਾਂ ਚਿਰ। ਸੋ ਮੈਂ ਤੁਹਾਨੂੰ ਅਪੀਲ ਕਰਦਾ, ਬੇਨਤੀ ਕਰਦਾ, ਸਮਾਂ ਸਾਰਾ 1 ਸਾਲ ਤੋਂ ਵੀ ਘੱਟ ਰਹਿ ਗਿਆ, ਇੱਕੋ ਹੀ ਸਰਦੀਆਂ ਰਹਿ ਗਈਆਂ, ਸਮਾਂ ਬੜੀ ਤੇਜ਼ੀ ਨਾਲ ਤੁਹਾਡੇ ਵੱਲ ਆ ਰਿਹਾ, ਹੁਣ ਟਿਕਣਾ ਨਹੀਂ, ਚੈਨ ਨਾਲ ਬੈਠਣਾ ਨਹੀਂ,
ਜਿੰਨਾ ਚਿਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਬਣਾ ਲੈਂਦੇ ਉਹਨਾਂ ਚਿਰ ਅੱਗਾ ਪਿੱਛਾ ਨਹੀਂ ਵੇਖਣਾ ਟੀਕੇ ਨਹੀਂ ਬੈਠਣਾ ਦੋ ਸਾਲ ਕੰਮ ਕਰ ਲਓ ਡੇਢ ਸਾਲ ਫਿਰ ਤੁਸੀਂ ਮੌਜਾਂ ਕਰਿਓ ਦਸ ਪੰਦਰਾਂ ਸਾਲ ਸਰਦਾਰ ਸੁਖਵੀਰ ਸਿੰਘ ਬਾਦਲ ਤੁਹਾਡੀ ਸੇਵਾ ਕਰਨਗੇ ਦੱਬ ਕੇ ਇਹ ਮੇਰੀ ਬੇਨਤੀ ਹੈ ਤੁਹਾਨੂੰ ਸੋ ਅੰਤ ਵਿੱਚ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਜਿਹੜੇ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਤੁਹਾਡੇ ਪਿਆਰ ਕਰਕੇ ਤੁਹਾਡੇ ਨਾਲ ਮੁਹੱਬਤ ਕਰਕੇ ਉਚੇਚੇ ਤੌਰ ਤੇ ਆਏ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦੇ ਲਈ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੈਠੇ ਨੇ ਮੰਚ ਤੇ ਸੇਵਾ ਦਾ ਜਜ਼ਬਾ ਨਵਾਂ ਪੰਜਾਬ ਬਣਾਉਣਾ ਚਾਹੁੰਦੇ ਨੇ ਪੰਜਾਬ ਆਉਣ ਵਾਲੇ ਸਮੇਂ 'ਚ ਸੋ ਤਕੜੇ ਹੋ ਕੇ ਸਾਰਿਆਂ ਨੇ ਇਹਨਾਂ ਦੀ ਗੱਲ ਤੇ ਪਹਿਰਾ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਮਿਹਨਤ ਕੀਤੀ ਹੈ ਨਥਾਣਾ ਹਲਕਾ ਰਾਮਪੁਰਾ ਹਲਕਾ ਸਾਰਾ ਬਠਿੰਡਾ ਜ਼ਿਲ੍ਹਾ ਸਾਰੀ ਲੀਡਰਸ਼ਿਪ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਤੁਸੀਂ ਬਹੁਤ ਵੱਡੀ ਗਿਣਤੀ 'ਚ ਆਏ ਹੈ ਸਾਰੇ ਰਿਕਾਰਡ ਤੋੜਤੇ ਤੁਹਾਡਾ ਜਿੰਨਾ ਧੰਨਵਾਦ ਕੀਤਾ ਜਾਵੇ ਥੋੜ੍ਹਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਲੂਕਾ ਸਾਹਿਬ ਦਾ ਮੈਂ ਦੋ ਬੇਨਤੀਆਂ ਕਰਨੀਆਂ ਪ੍ਰਧਾਨ ਸਾਹਿਬ ਦੇ ਬੋਲਣ ਤੋਂ ਪਹਿਲਾਂ ਇੱਕ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਆ ਥਰਮਲ ਦੀ ਫੋਟੋ ਸਾਰੇ ਜ਼ਰੂਰ ਲੈ ਕੇ ਜਾਇਓ ਕਿਉਂਕਿ ਬਣਾਇਆ ਪੰਜਾਬ ਦੇ ਹਿੱਤਾਂ ਲਈ ਸੀ ਪੈਸੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਨਵਿਆਉਣ ਲਈ ਵੀ ਲਾਤੇ ਸੀ ਪਰ ਇਹ ਕਾਂਗਰਸ ਨੇ ਢਾਉਣ ਦਾ ਤਹੀਆ ਕਰ ਲਿਆ ਮੁੜ ਕੇ ਸ਼ਾਇਦ ਫੋਟੋ ਨਾ ਲੱਭੀ ਦੂਜੀ ਬੇਨਤੀ ਕਰਦੇ ਹਾਂ ਬਾਦਲ ਸਾਹਿਬ ਦਾ ਇੱਕ ਇੱਕ ਸ਼ਬਦ ਇੱਕ ਇੱਕ ਸੁਨੇਹਾ ਤੁਸੀਂ ਸਾਰਿਆਂ ਨੇ ਲੈ ਕੇ ਜਾਣਾ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਦੋ ਨਾਅਰੇ ਬੁਲੰਦ ਕਰਨੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਬੀਬਾ ਹਰਸਿਮਰਤ ਕੌਰ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਜੀ